ਸਤਿ ਸ੍ਰੀ ਅਕਾਲ ਜੀ ਪੰਜਾਬ ਮਿਲ ਯੂਐਸਏ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਕਰੰਟ ਨਿਊਜ਼ ਐਂਡ ਈਜ਼ ਇਹ ਪ੍ਰੋਗਰਾਮ ਤੁਹਾਡੀ ਨਜ਼ਰ ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਭਗਦੇ ਹੋਏ ਮਸਲਿਆਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਔਰ ਇਸ ਵਿਚਾਰ ਚਰਚਾ ਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਹੁੰਦੇ ਨੇ ਜਤਿੰਦਰ ਸਿੰਘ ਖਹਿਰਾ ਮੇਰੇ ਖੱਬੇ ਹੱਥ 'ਤੇ ਇਸ ਵੇਲੇ ਬ੍ਰਾਜ਼ਮਾਨ ਨੇ ਖਹਿਰਾ ਸਾਹਿਬ ਕੀ ਹਾਲ ਚਾਲ ਨੇ ਹਾਲ ਚਾਲ ਠੀਕ ਹੈ ਗਗਨ ਜੀ ਤੁਸੀਂ ਦੱਸੋ ਕਿਵੇਂ ਹੋ ਬਹੁਤ ਵਧੀਆ ਜੀ ਪਰ ਜੋ ਹਮੰਦ ਭਾਗੀ ਘਟਨਾ ਅੱਜ ਕੱਲ ਤੁਹਾਨੂੰ ਪਤਾ ਕਿ ਭਖਦੇ ਹੋਏ ਮਸਲਿਆਂ ਦੇ ਵਿੱਚ شمار ਹੋਈ ਪਈ ਹੈ ਇਸ ਵੇਲੇ ਜਦੋਂ ਉਸ ਘਟਨਾ ਦੀ ਗੱਲਬਾਤ ਆਪਾਂ ਕਰਦੇ ਹਾਂ ਤੇ ਹਾਈ ਕੋਰਟ ਤੱਕ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਪਹੁੰਚ ਗਏ ਪਹੁੰਚਣ ਤੋਂ ਬਾਅਦ ਵਿੱਚ ਹਾਈ ਕੋਰਟ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਸੈਟਿੰਗ ਜੱਜ ਦੀ ਜਿਹੜੀ ਹੈ ਉਹ ਪਰਮਿਸ਼ਨ ਤੁਹਾਨੂੰ ਨਹੀਂ ਦਿੱਤੀ ਜਾਂਦੀ ਸੋ ਇਹਨੂੰ ਇਹ ਜਿਹੜੀ ਖਬਰ ਹੈਗੀ ਆ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਆ ਵੀ ਇਹ ਸਾਡੇ ਦਿਲਾਂ ਨੂੰ ਉਹ ਥੋੜੀ ਜਿਹੀ ਠੇਸ ਤਾਂ ਜ਼ਰੂਰ ਪਹੁੰਚੀ ਆ ਪਰ ਇਹਨੂੰ ਜੇ ਆਪਾਂ ਜਸਟੀਫਾਈ ਕਰਨਾ ਹੋਵੇ ਦਿਲ ਨੂੰ ਇੱਕ ਤਰ੍ਹਾਂ ਦਾਸ ਦੇਣਾ ਹੋਵੇ ਵੀ ਚਲੋ ਜੇ ਇਦਾਂ ਨਹੀਂ ਤਾਂ ਇਸ ਤਰੀਕੇ ਨਾਲ ਹੋ ਸਕਦਾ ਤੇ ਕਿਦਾਂ ਕਰਾਂਗੇ ਕਿਦਾਂ ਫਿਰ ਇਹਨੂੰ ਦੇਖੋ ਜਸਟੀਫਾਈ ਕਰਨ ਦੀ ਲੋੜ ਨਹੀਂ ਹੈਗੀ ਅੱਛਾ ਜੀ ਬੜੇ سارے ਕਤਲ ਹੁੰਦੇ ਨੇ ਬੜੇ ਹਾਈ ਪ੍ਰੋਫਾਈਲ ਕਤਲ ਹੁੰਦੇ ਨੇ ਹਰ ਕਿਸੇ ਕਤਲ ਦੇ ਉੱਤੇ ਸੁਪਰੀਮ ਕੋਰਟ ਆਪਣੀ ਇਨਵੈਸਟੀਗੇਸ਼ਨ ਟੀਮ ਨਹੀਂ ਬਿਠਾਉਂਦਾ ਹਮ ਬੜੀਆਂ ਸਾਰੀਆਂ ਇਦਾਂ ਦੀਆਂ ਉਦਾਹਰਣਾਂ ਨੇ ਜੀ ਇੱਥੇ ਪੰਜਾਬ ਦੇ ਵਿੱਚ ਵੀ ਬੜੇ ਸਾਰੇ ਹਾਈ ਪ੍ਰੋਫਾਈਲ ਕੇਸਿਸ ਜਿਹੜੇ ਨੇ ਉਹਨਾਂ ਦਾ ਖਲਾਸਾ ਹੋਇਆ ਜੀ ਕਈਆਂ ਦਾ ਬੜੇ ਫਾਸਟ ਟਰੈਕ ਤਰੀਕੇ ਦੇ ਨਾਲ ਖਲਾਸਾ ਹੋਇਆ ਸੋ ਇਹ ਨਹੀਂ ਹੈਗਾ ਕਿ ਇੱਕ ਲਾਸਟ ਹੋਪ ਸੀਗੀ ਸਾਡੇ ਕੋਲੇ ਇੱਕ ਲਾਸਟ ਜਿਹੜੀ ਕਹੇ ਲਿਆ ਕਿ ਅਖੀਰੀ ਦਰਵਾਜ਼ਾ ਸੀ ਜਿਹੜਾ ਖੜਕੜਾਇਆ ਤੇ ਵੱਧ ਹੋ ਗਿਆ ਜੀ ਜਦੋਂ ਇਹਨਾਂ ਨੇ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਨੇ ਚਿੱਠੀ ਲਿਖੀ ਸੀ ਉਦੋਂ ਨਹੀਂ ਚਿੱਠੀ ਲਿਖੀ ਸੀ ਕਿਉਂਕਿ 29 ਨੂੰ ਕਤਲ ਹੋਇਆ ਉਸ ਦਿਨ ਸ਼ਾਮ ਨੂੰ ਇਹ ਚਿੱਠੀ ਲਿਖ ਦਿੱਤੀ ਸੀ ਉਹਨਾਂ ਨੇ ਜੀ ਕਿ ਅਸੀਂ ਚਾਹੁੰਦੇ ਹਾਂ ਕਿ ਜਾਂ ਤਾਂ ਹਾਈ ਕੋਰਟ ਦੇ ਸਿਟਿੰਗ ਜਾਰਜਟੇ ਨੇ ਉਹ ਉਹ ਇਹਦੀ ਜਾਂਚ ਕਰ ਲੈਣ ਤੇ ਜਾਂ ਫਿਰ ਅਸੀਂ ਚਾਹੁੰਦੇ ਹਾਂ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਆ ਉਹਨਾਂ ਦੇ ਤਾਬਿਆ ਥਲੇ ਇਹਦੀ ਕਿਤੇ ਨਾ ਕਿਤੇ ਜਾਂਚ ਹੋਵੇ ਫਿਰ ਇਹ ਚਿੱਠੀ ਜਿਹੜੀ ਸੀ ਕਿਉਂਕਿ ਇਹ ਫਾਰਵਰਡ ਜਿਹੜੀ ਆ ਪੰਜਾਬ ਗਵਰਨਮੈਂਟ ਦੇ ਥਰੂ ਹੁੰਦੀ ਆ ਹਾਂਜੀ ਸੋ ਸਾਡੇ ਜਿਹੜੇ ਚੀਫ ਸਕੱਟਰੀ ਅਨੁਰਾਗ ਬਰਮਾ ਉਹਨਾਂ ਨੇ ਇਹ ਹਾਈ ਕੋਰਟ ਨੂੰ ਅਪਰੋਚ ਕੀਤਾ ਤੇ ਉਹ ਚਿੱਠੀ ਵੀ ਲਿਖੀ ਅਨੁਰਾਗ ਬਰਮਾ ਹੋਣਾ ਨੇ ਜੀ ਤੇ ਉਹ ਚਿੱਠੀ ਦਾ ਜਵਾਬ ਜਿਹੜਾ ਆ ਉਹ ਦੇ ਦਿੱਤਾ ਕਿਉਂਕਿ ਜਵਾਬ ਦੇਖੋ ਬੜੇ ਸਾਰੇ ਕੇਸ ਆ ਸੁਪਰੀਮ ਕੋਰਟ ਦੇ ਕਿਉਂਕਿ ਅਸੀਂ ਕਹਿੰਨੇ ਆ ਜੱਜ ਬਹੁਤ ਘੱਟ ਆ ਤੇ ਕੇਸ ਜਿਹੜੇ ਨੇ ਉਹ ਪਤਾ ਨਹੀਂ ਕਿੰਨੇ ਆ ਕਿ ਦਰਜਣਾ ਦੇ ਹਿਸਾਬ ਦੇ ਨਾਲ ਮਤਲਬ 4.5 ਲੱਖ ਤੋਂ ਵੱਧ ਕੇਸ ਜਿਹੜੇ ਨੇ ਹਜੇ ਵੀ ਪੈਂਡਿੰਗ ਨੇ ਔਰ ਪ੍ਰਾਇੋਰਟੀ ਪੈਂਡਿੰਗ ਨੇ ਠੀਕ ਹੈ ਸੋ ਉਹ ਕਹਿੰਦੇ ਕਿ ਇੱਕ ਬੰਦੇ ਤੇ ਹੁਣ ਦੇਖ ਲਓ ਨਾ ਵੀ ਉਹ 4.5 ਲੱਖ ਕੇਸ ਆ ਤੇ ਦੂਸਰੇ ਬੰਦੇ ਹੁਣ ਇੱਕ ਕੇਸ ਆ ਇੱਕ ਕੇਸ ਆ ਜਦ ਕਿ ਸਾਡੇ ਕੋਲੇ ਤੰਤਰ ਹੈਗਾ ਇਸੇ ਲਈ ਤੰਤਰ ਹੈਗਾ ਬੈਠੇ ਅਸਟੇਫ ਬਣਾਈ ਹੋਇਆ ਐਸਡੀਐਫ ਰੋਜ਼ ਨਵੀਂ ਨਵੀਂ ਤੇ ਨਵੀਂ ਇਨਵੈਸਟੀਗੇਸ਼ਨ ਲੈ ਕੇ ਸਾਹਮਣੇ ਆਉਂਦੀ ਹੈ ਜਦੋਂ ਕਿਸੇ ਕੇਸ ਤੇ ਡਿਵੈਲਪਮੈਂਟ ਨਾ ਹੋਵੇ ਨਾ ਉਦੋਂ ਅਸੀਂ ਕਹਿੰਨੇ ਆ ਵੀ ਯਾਰ ਇਹ ਕੇਸ ਤੇ ਡਿਵੈਲਪਮੈਂਟ ਨਹੀਂ ਹੁੰਦੀ ਇਸ ਕਰਕੇ ਅਸੀਂ ਨਾ ਅ ਕਿਸੇ ਵੱਡੀ ਏਜੰਸੀ ਤੋਂ ਜਿਹੜੀ ਹੈ ਦੀ ਜਾਂਚ ਕਰਾਉਣਾ ਚਾਹੁੰਦੇ ਆ ਹਾਲਾਂਕਿ ਮਾਪਿਆਂ ਨੂੰ ਪੂਰਾ ਪੂਰਾ ਹੱਕ ਆ ਬਈ ਉਹਨਾਂ ਦਾ 6 ਫੁੱਟਾ ਬੋਤਾ ਅ ਔਰ ਨਾਮਣਾ ਖਟਾ ਹੋਇਆ ਸੀਗਾ ਦੁਨੀਆ ਦੇ ਵਿੱਚ ਲੋਕ ਉਹਨੂੰ ਜਾਣਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਲੱਖਾਂ ਕਰੋੜਾ ਫਾਲੋਅਰ ਨੇ ਸੋ ਇਸ ਕਰਕੇ ਮਾਪਿਆਂ ਦੀ ਇੱਕ ਭਾਵਨਾ ਹੈ ਜਿਹੜੀ ਹੈ ਕਿਉਂਕਿ ਉਹ ਤੋਂ ਵਲੁੰਧਰੇ ਗਏ ਨੇ ਸੋ ਉਹ ਜਿਹੜੀ ਚੀਜ਼ ਹੈਗੀ ਉਹਨੂੰ ਵੀ ਕਨਸੀਡਰ ਕਰਨਾ ਬਹੁਤ ਜ਼ਰੂਰੀ ਸੀ ਇਸ ਕਰਕੇ ਹੀ ਪੰਜਾਬ ਗਵਰਨਮੈਂਟ ਨੇ ਅਨੁਰਾਗ ਵਰਮਾ ਉਹਨਾਂ ਨੇ ਚਿੱਠੀ ਲਿਖੀ ਸੀ ਪਰ ਇਸ ਪੰਜਾਬ ਗਵਰਨਮੈਂਟ ਨੂੰ ਅੱਜ ਤੁਸੀਂ ਦੇਖਿਆ ਹੋਵੇ ਮੀਡੀਆ ਦੇ ਵਿੱਚ ਲਿਖਿਆ ਹੋਇਆ ਕਿ ਪੰਜਾਬ ਗਵਰਨਮੈਂਟ ਨੂੰ ਝਟਕਾ ਜੀ ਕਿ ਪੰਜਾਬ ਹਾਈ ਕੋਰਟ ਨੇ ਪੰਜਾਬ ਗਵਰਨਮੈਂਟ ਨੂੰ ਸਿੱਧਾ ਕਹਤਾ ਬਈ ਸਾਡੇ ਕੋਲੇ ਬਹੁਤ ਸਾਰੇ ਕੇਸਿਸ ਆ ਅਸੀਂ ਆਪਣੇ ਸਿਟਿੰਗ ਜਜ ਨਹੀਂ ਦੇ ਸਾਰੇ ਇਹਦੇ ਵਿੱਚ ਨਾ ਕਿਤਨੇ ਕਿਤੇ ਵਿਰੋਧੀ ਪਾਰਟੀਆਂ ਜਿਹੜੀਆਂ ਉਹਦੇ ਵਿੱਚ ਇੱਕ ਕਹਿ ਲਵੋ ਕਿ ਬਿਆਨ ਦੇ ਰਹੀਆਂ ਹਨ ਵਿਰੋਧ ਵੀ ਕਰ ਰਹੀਆਂ ਹਨ ਵੀ ਸਾਡੀ ਕੀ ਪੰਜਾਬ ਪੁਲਿਸ ਜਿਹੜੀ ਹੈ ਉਹ ਇਸ ਕਾਬਿਲ ਨਹੀਂ ਹੈ ਕਿ ਇਹ ਇਨਵੈਸਟੀਗੇਸ਼ਨ ਕਰ ਸਕੇ ਜੀ ਦੂਜੇ ਪਾਸੇ ਜਦੋਂ ਤੁਸੀਂ ਚਿੱਠੀਆਂ ਦੀ ਗੱਲ ਕੀਤੀ ਤੇ ਚਿੱਠੀਆਂ ਉਸੇ ਵੇਲੇ ਸ਼ੁਰੂ ਹੋ ਗਈਆਂ ਸੀਗੀਆਂ ਜਦੋਂ ਭਵਰਾ ਸਾਹਿਬ ਦਾ ਬਿਆਨ ਆਈਜੀ ਸਾਹਿਬ ਦਾ ਵੀ ਅ ਕਿਸ ਤਰੀਕੇ ਨਾਲ ਉਹਨਾਂ ਨੇ ਇੱਕ ਗੈਂਗ ਗੈਂਗਵਾਰ ਇਹਨੂੰ ਸਾਬਿਤ ਕਰ ਦਿੱਤਾ ਹਾਂ ਗੈਂਗਵਾਰ ਸਾਬਿਤ ਕਰ ਦਿੱਤਾ ਉਸ ਤੋਂ ਬਾਅਦ ਵਿੱਚ ਚਲੋ ਉਹਨਾਂ ਨੇ ਇਹ ਕਹਿ ਦਿੱਤਾ ਵੀ ਭਾਈ ਮੈਂ ਸਿੱਧੂ ਮੂਸੇ ਵਾਲੇ ਨੂੰ ਗੈਂਗਸਟਰ ਨਹੀਂ ਗਿਆ ਪਰ ਹੁਣ ਇਹਦਾ ਦੂਜਾ ਪੱਖ ਜੇ ਆਪਾਂ ਦੇਖੇ ਕਿ ਮਾਨਸਾ ਦਾ ਇੱਕ ਪੱਤਰਕਾਰ ਜਿਹੜਾ ਕਿ ਆਪਣੀ ਰਿਪੋਰਟ ਪੇਸ਼ ਕਰਦਾ ਇੱਕ ਅਖਬਾਰ ਦੇ ਵਿੱਚ ਲੱਗੀ ਹੋਈ ਰਿਪੋਰਟ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਸਿੱਧੂ ਮੂਸੇਵਾਲਾ ਘਰੋਂ ਨਿਕਲਿਆ ਗੋਲ ਗੱਪੇ ਖਾਣ ਵਾਸਤੇ ਗੋਲ ਗੱਪੇ ਖਾਣ ਵਾਸਤੇ ਜਦੋਂ ਨਿਕਲਿਆ ਤੇ ਉਸ ਵੇਲੇ ਉਹਦੇ ਗਨ ਦੇ ਵਿੱਚ ਦੋ ਗੋਲੀਆਂ ਸੀਗੀਆਂ ਚਲੋ ਜਿੱਥੇ ਹੋਣੀ ਨਹੀਂ ਆਉਣਾ ਸੀਗਾ ਉੱਥੇ ਆ ਗਈ ਪਰ ਉਸ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਆ ਤਾਂ ਦੋ ਜਿਹੜੇ ਕਮਾਂਡੋਸ ਉਹਨਾਂ ਦੇ ਕੋਲ ਬਾਕੀ ਰਹਿੰਦੇ ਸੀਗੇ ਉਹਨਾਂ ਨੇ ਵੀ ਇਹ ਬਿਆਨ ਦਿੱਤਾ ਵੀ ਇਹ ਪਹਿਲਾਂ ਵੀ ਮੁੰਡਾ ਜਾਂਦਾ ਹੁੰਦਾ ਸੀਗਾ ਜਦੋਂ ਉਹ ਜਾਂਦਾ ਹੁੰਦਾ ਸੀ ਸਿੱਧੂ ਮੁਸੇਵਾਲਾ ਬਾਹਰ ਗੋਲ ਗੱਪੇ ਖਾਣ ਵਾਸਤੇ ਉਹ ਕਮਾਂਡੋ ਨਹੀਂ ਨਾਲ ਲੈ ਕੇ ਜਾਂਦਾ ਸੀ ਕਿਉਂਕਿ ਬੰਦੇ ਨੂੰ ਪਤਾ ਆਇਆ ਵੀ ਚਲੋ ਮੈਂ ਨਾਰਮਲੀ ਚੱਲਾਂ ਬਾਹਰ ਤੇ ਇਸ ਗੱਲ ਦੀ ਜਿਹੜੀ ਹਾਮੀ ਹੈ ਉਹਨਾਂ ਦੇ ਮਾਤਾ ਪਿਤਾ ਨੇ ਵੀ ਭਰੀ ਭਪਾਈ ਜਾਂਦਾ ਹੁੰਦਾ ਸੀ ਹੁਣ ਇਨਵੈਸਟੀਗੇਸ਼ਨ ਹਰ ਪੱਖ ਦੀ ਆਪਾਂ ਜਦੋਂ ਦੇਖਦੇ ਆ ਤੇ ਦੂਜੇ ਪਾਸੇ ਜਦੋਂ ਇਹਦਾ ਦੂਸਰਾ ਪੱਖ ਦੇਖਦੇ ਆ ਹਰਿਆਣੇ ਦੇ ਵਿੱਚ ਸਿਰਸੇ ਦੇ ਵਿੱਚ ਜਾ ਕੇ ਸ਼ਾਰਪ ਸ਼ੂਟਰ ਮਿਲ ਰਹੇ ਆ ਹੁਣ ਜਦੋਂ ਖਦਸ਼ਾ ਉੱਥੇ ਜਾਂਦਾ ਆ ਤੇ ਉੱਥੇ ਜਾ ਕੇ ਸਾਨੂੰ ਇਹ ਲੱਗਦਾ ਵੀ ਜਿਹੜੀ ਪੁਲਿਸ ਹੈਗੀ ਆ ਉਹ ਆਪਣੇ ਤੰਦ ਹੀ ਨਾਲ ਕੰਮ ਕਰ ਰਹੀ ਆ ਕਿਤੇ ਨਾ ਕਿਤੇ ਉਹ ਗੰਢ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਆ ਹੁਣ ਇਸ ਵੇਲੇ ਵੀ ਹੁਣ ਦੋ ਪੱਖ ਨੇ ਇਹਦੇ ਇੱਕ ਉਹ ਪੱਖ ਜਿਹੜਾ ਮਾਤਾ ਪਿਤਾ ਤੇ ਕਮਾਂਡੋ ਤੇ ਉਹਦੇ ਨਾਲ ਦੇ ਸਾਥੀ ਕਹਿ ਰਹੇ ਆ ਦੂਜਾ ਉਹ ਹੈਗਾ ਜਦੋਂ ਸ਼ਾਰਪ ਸ਼ੂਟਰ ਮਿਲਦੇ ਆ ਹਰਿਆਣੇ ਤੋਂ ਜਾ ਕੇ ਜਾਂ ਸਿਰ ਸੇਤੂ ਜਾ। ਅੱਛਾ ਮੈਨੂੰ ਗਗਨ ਜੀ ਤੁਹਾਡੀ ਗੱਲ ਬਿਲਕੁਲ ਸਮਝ ਨਹੀਂ ਲੱਗੀ ਵੀ ਤੁਸੀਂ ਦੋ ਪੱਖ ਕਿਦਾਂ ਕਹਿੰਦੇ ਆ। ਅੱਛਾ ਇੱਕ ਗੱਲ ਤਾਂ ਪਤਾ ਲੱਗ ਗਈ ਕਿ ਮੁੰਡਾ ਹੁਣ ਆਪਾਂ ਵੀ ਚਲੇ ਜਾਂਦੇ ਆਂ ਔਰ ਚੰਗਾ ਵੀ ਨਹੀਂ ਲੱਗਦਾ ਸ਼ਾਇਦ ਇਹ ਸੋਚਦਾ ਹੋਊਗਾ ਕਿ ਪਿੰਡ ਦੇ ਕੋਨੇ ਤੇ ਤੇ ਗੋਲ ਗੱਪੇ ਖਾਣ ਜਾਣਾ ਆ ਵੀ ਮੈਂ ਨਾਲ ਗਨਫਾਇਰ ਜੱਕੀ ਫਿਰੂੰਗਾ। ਐਵੇਂ ਲੋਕੀ ਕਹਿਣਗੇ ਕਿ ਮਸ਼ਰਾਇਆ ਹੋਇਆ। ਜੀ ਬਿਲਕੁਲ ਇਸ ਕਰਕੇ ਉਹ ਸ਼ਾਇਦ ਨਹੀਂ ਲਿਜਾਂਦਾ ਹੋਊਗਾ। ਦੂਸਰੀ ਤੁਸੀਂ ਕਹਿੰਦੇ ਹੋ ਕਿ ਹਰਿਆਣੇ ਦੇ ਨਾਲ ਤਾਰ ਜੋੜਦੇ ਨੇ ਚਾਹੇ ਕਿੱਥੇ ਵੀ ਜੋੜਦੇ ਨੇ। ਮੈਨੂੰ ਮੈਨੂੰ ਸੁੱਧਾ ਸਮਝ ਨਹੀਂ ਲੱਗਿਆ ਵੀ ਤੁਸੀਂ ਕੀ ਕਹਿਣਾ ਚ ਤੇ ਉੱਥੇ ਆਪਾਂ ਦੇਖਦੇ ਆਂ ਵੀ ਹਰਿਆਣੇ ਤੋਂ ਤੇ ਸਿਰਸੇ ਤੋਂ ਸ਼ਾਰਪ ਸ਼ੂਟਰ ਜਿਹੜੇ ਹੈ ਉਹ ਗ੍ਰਿਫਤਾਰ ਕੀਤੇ ਗਏ। ਪੰਜਾਬ ਪੁਲਿਸ ਦੀ ਬੜੀ ਵੱਡੀ ਜਿਹੜੀ ਹੈਗੀ ਇੱਕ ਕਾਰਵਾਈ ਹੈ। ਪੁਲਿਸ ਵਾਲਿਆਂ ਦੀ ਚਾਹੇ ਉਹ ਹਰਿਆਣੇ ਦੀ ਆ ਚਾਹੇ ਉਹ ਸਿਰਸੇ ਦੀ ਆ ਜਿੱਥੋਂ ਦੀ ਵੀ ਹੈਗੀ ਉਹ ਸਾਥ ਦਿੰਦੀ ਆ। ਸੋ ਇਹ ਵੀ ਕਿਤਨਾ ਕਿਤੇ ਤੁਹਾਨੂੰ ਲੱਗਦਾ ਵੀ ਇੱਕ ਚੰਗਾ ਕਦਮ ਹੈਗਾ ਆ ਇਸ ਕੇਸ ਨੂੰ ਹੱਲ ਕਰਨ ਦੇ ਵੱਲ। ਦੇਖੋ ਮੈਂ ਪਹਿਲਾਂ ਕਿਹਾ ਸੀ ਡਿਵੈਲਪਮੈਂਟਸ ਤਾਂ ਬਹੁਤ ਹੋ ਰਹੀਆਂ। ਡਿਵੈਲਪਮੈਂਟ ਹੁੰਦੀਆਂ ਵੀ ਆ ਕਿਉਂਕਿ ਦੇਖੋ ਨਾ ਚਾਹੁੰਦੇ ਹੋਏ ਵੀ ਸਰਕਾਰ ਦੇ ਉੱਤੇ ਬਹੁਤ ਤਕੜਾ ਪ੍ਰੈਸ਼ਰ ਹੈ ਇਹ ਕੇਸ ਇਦਾਂ ਨਹੀਂ ਹੈਗਾ ਕਿ ਪੰਜਾਬ ਤੱਕ ਸੀਮਤ ਹੈ ਇਹ ਕੇਸ ਨੈਸ਼ਨਲ ਤੱਕ ਸੀਮਤ ਹੈ ਫਿਰ ਉਸ ਤੋਂ ਬਾਅਦ ਇੰਟਰਨੈਸ਼ਨਲ ਤੱਕ ਸੀਮਤ ਹੈ ਕਾਲੂ ਖਬਰ ਆ ਜਵੇ ਕਿ ਪਰਦਾ ਫਾਸ਼ ਹੋ ਗਿਆ ਤਾਂ ਤੁਸੀਂ ਦੇਖੋ ਗਵਰਨਮੈਂਟ ਦੀ ਕਿੰਨੀ ਅਪਰੇਜਲ ਹੈ ਗਵਰਨਮੈਂਟ ਕਿੰਨੇ ਸਰਾਹੀ ਜਾਣੀ ਹੈ ਵੀ ਵਾਕੇ ਕਤਲ ਹੋਇਆ ਸੀਗਾ ਫੜੇ ਗਿਆ ਇਸ ਕਰਕੇ ਪ੍ਰੈਸ਼ਰ ਬਹੁਤ ਤਕੜਾ ਆ ਹੁਣ ਕੱਲਾ ਇਹ ਫਤਿਆਬਾਦ ਸਿਰਸਾ ਦੀ ਗੱਲ ਨਹੀਂ ਹੈਗੀ ਜਿੱਥੋਂ ਕਹਿੰਦੇ ਕਿ ਬਲੈਰੋ ਗੱਡੀ ਦਾ ਕਨੈਕਸ਼ਨ ਸੀਗਾ ਇਹ ਦੋ ਸ਼ਾਪ ਸ਼ੂਟਰ ਜਿਹੜੇ ਫੜੇ ਗਿਆ ਉਤੋਂ ਇਹ ਲੇਟਸ ਅਪਡੇਟ ਆ ਜੀ ਕਿਉਂਕਿ ਦੋ ਗੱਡੀਆਂ ਆਪਾਂ ਨੂੰ ਪਤਾ ਸਾਰਿਆਂ ਨੂੰ ਕਿ ਕਰੋਲਾ ਸੀਗੀ ਇੱਕ ਤੇ ਦੂਸਰੀ ਬਲੈਰੋ ਗੱਡੀ ਸੀ ਬਲੈਰੋ ਗੱਡੀ ਨੂੰ ਪਹਿਲਾਂ ਵੀ ਕਿਉਂਕਿ ਉਹ ਜਿਹੜਾ ਹੈ ਉਸ ਟੋਲ ਸੀਗੇ ਉਹਨਾਂ ਦੇ ਉੱਤੇ ਉਹ ਜਿਹੜੀ ਆਬਜ਼ਰਵ ਹੋਈ ਆ ਦੇਖਿਆ ਗਿਆ ਸੀਗਾ ਹੁਣ ਇਹ ਇਹ ਬਲੈਰੋ ਗੱਡੀ ਦੇ ਨਾਲ ਵਿੱਚ ਕਿਹਾ ਜਾਂਦਾ ਸੀ ਕਿ ਸ਼ਾਪ ਸ਼ੂਟਰ ਸੀਗੇ ਕਿਆਦਰ ਹੈ ਸੀ ਕਿ ਚਾਰ ਛਾਪ ਸ਼ੂਟਰ ਸੀ ਕਿਉਂਕਿ ਟੋਟਲ 7 ਬੰਦੇ ਗਿਣੇ ਜਾਂਦੇ ਨੇ ਇਹ ਦੋ ਸ਼ਾਪ ਸ਼ੂਟਰ ਜਿਹੜੇ ਨੇ ਇਹ ਇੱਕ ਫਤਿਆਬਾਦ ਤੋਂ ਇੱਕ ਸਿਰਸਾ ਤੋਂ ਜਿਹੜਾ ਹਰਿਆਣਾ ਤੋਂ ਇਹ ਲੇਟਸ ਅਪਡੇਟ ਹੈ ਔਰ ਇਸ ਅਪਡੇਟ ਦੇ ਥਰੂ ਜਿਹੜਾ ਆ ਕਹਿੰਦੇ ਕਿ ਇਹਦੀ ਪੱਤੀ ਵੀ ਖੁੱਲ ਸਕਦੀ ਹੈ ਹੁਣ ਆਪਾਂ ਜਦੋਂ ਗੱਲ ਕਰਦੇ ਹਾਂ ਤੁਸੀਂ ਕਹਿੰਦੇ ਆ ਕਿ ਨਵੀਂ ਤੋਂ ਨਵੀਂ ਅਪਡੇਟ ਹੁੰਦੀ ਹੈ ਜਿਸ ਦਿਨ ਕਤਲ ਹੋਇਆ ਸੀ ਉਸ ਦਿਨ ਸ਼ਾਮ ਨੂੰ ਦੇਹਰਾਦੂਨ ਤੋਂ ਵੀ ਫੜਿਆ ਗਿਆ ਸੀ ਮਨਪ੍ਰੀਤ ਭਾਵਾ ਮਨਪ੍ਰੀਤ ਭਾਵਾ ਸ਼ਾਇਦ ਉਹ ਦੋਸ ਟਾਈਮ ਉਸ ਨਾਲ ਸੀ ਕਿਉਂ ਮਨਪ੍ਰੀਤ ਭਾਵਾ ਜਿਹੜਾ ਆ ਇੱਕ ਤਰੀਕੇ ਨਾਲ ਵੱਡਾ ਵੱਡਾ ਨਾਮ ਸੀ ਵੱਡਾ ਖੁਲਾਸਾ ਹੋ ਗਿਆ ਬਿਲਕੁਲ ਹੁਣ ਉਸ ਦਿਨ ਤੋਂ ਬਾਅਦ ਅਸੀਂ ਕੱਲ ਵੀ ਦੇਖਿਆ ਕਿ 47 ਅਜਿਹੇ ਫੋਨ ਨੰਬਰ ਸੀਗੇ ਜਿਨ੍ਹਾਂ ਨੂੰ ਟ੍ਰੇਸ ਕੀਤਾ ਗਿਆ ਸੀ ਉਹ ਵੀ ਕਲਾਊਡ ਟ੍ਰੇਸਿੰਗ ਦੇ ਨਾਲ ਕਲਾਊਡ ਟ੍ਰੇਸਿੰਗ ਹੁੰਦੀ ਹੈ ਕਿ ਜਿੱਥੇ ਮੋਬਾਈਲ ਦੇ ਟਾਵਰ ਨੇ ਕਿਉਂਕਿ ਹੁਣ ਲਾਰੈਂਸ ਬਿਛनोई ਹੁਣਾਂ ਨੇ ਕੱਲ ਕਹਿ ਦਿੱਤਾ ਕਿ ਵਾਕਈ ਕਤਲ ਹੋਇਆ ਮੇਰੀ ਗਾਇਕ ਨੇ ਕੀਤਾ ਆ ਔਰ ਇਸ ਦੀ ਦਿੱਲੀ ਸਰਕਾਰ ਕੋ ਮੰਨ ਲਿਆ ਉਹਨਾਂ ਨੇ ਉਹਨੇ ਮੰਨ ਲਿਆ ਹੈ ਨਾ ਤਿਹਾਰ ਜੇਲ੍ਹ ਚ ਹੈਗਾ ਉਥੇ ਉਹਨੇ ਮੰਨ ਲਿਆ ਆ ਉਹਦੇ ਭਾਣਜੇ ਨੇ ਵੀ ਕਹਿ ਦਿੱਤਾ ਨਿਊਜ਼ 18 ਵਾਲਿਆਂ ਨੂੰ ਕਿ ਭਾਈ ਇਹ ਕਤਲ ਜਿਹੜਾ ਹੈ ਉਹ ਮੇਰੇ ਮਾਮੇ ਨੇ ਕੀਤਾ ਹੈ ਸੱਚ ਨੇ ਨਾ ਸੋ ਤੁਸੀਂ ਹਿਸਾਬ ਲਾ ਲਓ ਕਿ ਉਸ ਤੋਂ ਬਾਅਦ ਫਿਰ ਕਲੀਅਰ ਹੋ ਜਾਂਦਾ ਕਿ ਇਹਦੀ ਸਾਦਿਸ਼ਬਿਤ ਕਿਤੇ ਨਾ ਕਿਤੇ ਤਿਹਾਰ ਜੇਲ੍ਹ ਚ ਹੀ ਲੜੀ ਹੋਣੀ ਆ ਫਿਰ ਗਵਰਨਮੈਂਟ ਨੇ ਕੀ ਕੀਤਾ ਜਿਹੜੇ ਕਲਾਊਡਸ ਜਿਹੜੇ ਸੀਗੇ ਜਦਾ ਹੁਣ ਤਿਹਾਰ ਜੇਲ੍ਹ ਦਾ ਮੋਬਾਈਲ ਨੈਟਵਰਕ ਹੋ ਗਿਆ ਉਹਨੂੰ ਉਹਨੂੰ ਖਗਾਲਣਾ ਸ਼ੁਰੂ ਕਰ ਦਿੱਤਾ ਫਿਰ ਇੱਥੇ ਪਟਿਆਲਾ ਜੇਲ੍ਹ ਦਾ ਜਿਹੜਾ ਨਾਬਾ ਜੇਲ੍ਹ ਜੜੀ ਆਪਣੀਆਂ ਉਹਨਾਂ ਦਾ ਖੁਆ ਲੈਣਾ ਸ਼ੁਰੂ ਕਰ ਦਿੱਤਾ ਐਦੇ ਫਿਰੋਜ਼ਪੁਰ ਦਾ ਖੁਆ ਲੈਣਾ ਸ਼ੁਰੂ ਕਰ ਦਿੱਤਾ ਕਪੂਰਥਲਾ ਤੋਂ ਖੁਆ ਲੈਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਤਾ ਤਾਂ ਲੱਗੇ ਕਿ ਗੱਲ ਕਿੱਥੇ ਬਾਤ ਹੋਈ ਹੈ ਫਿਰ ਉਹ ਮੂਸੇ ਵਾਲਾ ਪਿੰਡ ਦਾ ਟਰੇਸਿੰਗ ਜੀ ਕਿਉਂਕਿ ਮਾਨਸਾ ਦਾ ਟਰੇਸਿੰਗ ਮੂਸੇ ਵਾਲੇ ਦੇ ਪਿੰਡ ਦਾ ਟਰੇਸਿੰਗ ਫਿਰ 47 ਕੰਟੈਕਟ ਜਿਹੜੇ ਨੇ ਉਹ ਕਿਤੇ ਨਾ ਕਿਤੇ ਡਿਵੈਲਪਮੈਂਟ ਦੇ ਵਿੱਚ ਆਉਂਦੇ ਨੇ ਸੋ ਇਹ ਦੇਖੋ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ ਆਪਾਂ ਸਮਝ ਲੈਂਦੇ ਆ ਕਿ ਯਾਰ ਨਹੀਂ ਨਾ ਕੋ ਕੁਝ ਨਹੀਂ ਹੋਣਾ ਹੈਗਾ ਸਭ ਕੁਝ ਹੋਣਾ ਹੈ ਕਿਉਂਕਿ ਜਦੋਂ ਕਾਰਨ ਤੇ ਆਜੋ ਨਾ ਕਹਿੰਦੇ ਹੁੰਦੇ ਜਦੋਂ ਤੁਹਾਡੇ ਕੋਲੇ ਉਦੋਂ ਮੱਗੇ ਲక్ష్ਮੀ ਤੇ ਪੱਖੇ ਅੱਗੇ ਪਾਓ ਜਦੋਂ ਪ੍ਰੈਸ਼ਰ ਪੈਂਦਾ ਨਾ ਤਾਂ ਫਿਰ ਕਰਨਾ ਵੀ ਪੈਂਦਾ ਸੋ ਨਵੀ ਤੋਂ ਨਵੀ ਡਿਵੈਲਪਮੈਂਟ ਹੈ ਔਰ ਪੋਜ਼ਿਟਿਵ ਡਿਵੈਲਪਮੈਂਟ ਪੋਜ਼ਿਟਿਵ ਆ ਹੁਣ ਜੇ ਇਸ ਵੇਲੇ ਨਾ ਹਮਲਾ ਹੋਇਆ ਸੀਗਾ ਤੇ ਉਸ ਵੇਲੇ ਤਾਂ ਕਈ ਜਿਹੜੇ ਉਹ ਕਮਾਂਡੋ ਦੇ ਵਿੱਚ ਨੁਕਸ ਕਰਦੇ ਸੀਗੇ ਕਈ ਕਹਿੰਦੇ ਸੀਗੇ ਵੀ ਕਿਤਨੇ ਕਿਤੇ ਕੋਤਾਹੀ ਹੈਗੀ ਐ ਸੁਰੱਖਿਆ ਦੇ ਵਿੱਚ ਕਿਉਂਕਿ ਜਗਜਾਗਰ ਕਰ ਦਿੱਤੀ ਸੀਗੀ ਪੰਜਾਬ ਦੀ ਸਰਕਾਰ ਨੇ ਪਰ ਕਿਤਨੇ ਕਿਤੇ ਜਦੋਂ ਅਸੀਂ ਨਾ ਇੱਕ ਮਾਨਸਾ ਵਾਲੇ ਪੱਤਰਕਾਰ ਦੀ ਰਿਪੋਰਟ ਦੇਖਦੇ ਆ ਤਾਂ ਉਹਦੇ ਵਿੱਚ ਉਹ ਵੀ ਕਹਿੰਦਾ ਵੀ ਇਹ ਗੋਲ ਗੱਪੇ ਖਾਣ ਸਿੱਧੂ ਮੂਸੇ ਵਾਲਾ ਗਿਆ ਸੀ ਸੋ ਫਿਰ ਜਦੋਂ ਉਹਦੀ ਵੀ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਉਹ ਘਰ ਦੇ ਵਿੱਚ ਹੀ ਪਤਾ ਲੱਗਾ ਦੋ ਕਮਾਂਡੋ ਕਹਿੰਦੇ ਸੀਗੇ ਵੀ ਪਹਿਲਾਂ ਵੀ ਕਿਤੇ ਗੋਲ ਗੱਫੇ ਖਾਣ ਜਾਂਦਾ ਹੁੰਦਾ ਸੀਗਾ ਤੇ ਨਾਰਮਲੀ ਬੰਦਾ ਚਲੇ ਜਾਂਦਾ ਆ ਤੇ ਫਿਰ ਮਾਤਾ ਪਿਤਾ ਨੇ ਵੀ ਇਸ ਗੱਲ ਦੀ ਹਾਮੀ ਭਰੀ ਵੇ ਠੀਕ ਹੈ ਵੀ ਇਹ ਜਾਂਦਾ ਹੁੰਦਾ ਸੀ ਹੈਨਾ ਸੋ ਹੌਲੀ ਹੌਲੀ ਕਰਕੇ ਇਹ ਜਿਹੜੀਆਂ ਇੱਕ ਗੁੰਝਲਾ ਹੈਗੀਆਂ ਉਹ ਖੁੱਲਦੀਆਂ ਵੀ ਜਾ ਰਹੀਆਂ ਪਰ ਹੁਣ ਸਿੱਧਾ ਸ਼ੱਕ ਜਿਹੜਾ ਹੈ ਉਹ ਇੱਕ ਵੀਡੀਓ ਆਈ ਆ ਜਿਹਦੇ ਵਿੱਚ ਇੱਕ ਪਿੱਛੇ ਬੈਠਾ ਹੋਇਆ ਬੰਦਾ ਜਿਹੜਾ ਹੈ ਉਹ ਫੋਨ ਦੇ ਉੱਤੇ ਗੱਲ ਕਰਦਾ ਦਿਖਾਈ ਦਿੰਦਾ ਸੋ ਕੀ ਤੁਹਾਨੂੰ ਲੱਗਦਾ ਵੀ ਇਹ ਕਲੀਆਂ-ਕਲੀਆਂ ਜਿਹੜੀਆਂ ਕੜੀਆਂ ਨੇ ਇਹਨਾਂ ਨੂੰ ਜੋੜ ਕੇ ਦੇਖਣਾ ਚਾਹੀਦਾ ਦੇਖੋ ਇੱਥੇ ਸੋਫਿਆਂ ਦੇ ਉੱਤੇ ਬੈਠ ਕੇ ਗਗਨ ਜੀ ਗੱਲਾਂ ਕਰ ਨਹੀਂਆ ਬਹੁਤ ਸਖਾਲੀਆਂ ਹੈਨਾ ਹੁਣ ਪਤਾ ਨਹੀਂ ਉਹ ਕਿਹੜੇ ਸੀਸੀਟੀਵੀ ਦੀ ਫੁਟੇਜ ਆ ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਜਿੱਥੇ ਉਹ ਕਤਲ ਹੁੰਦਾ ਹੈ ਉੱਥੇ ਕੋਈ ਸੀਸੀਟੀਵੀ ਕਲੀਅਰ ਫੁਟੇਜ ਸਾਨੂੰ ਨਹੀਂ ਮਿਲੀ ਹੈਗੀ ਬਿਲਕੁਲ ਹੈਨਾ ਜੇ ਹੁੰਦੀ ਤਾਂ ਹੁਣ ਤੱਕ ਤੇ ਬਹੁਤ ਵਾਇਰਲ ਹੋ ਜਾਣੀ ਸੀ ਕਿਉਂਕਿ ਜਿਵੇਂ ਚੀਜ਼ਾਂ ਵਾਇਰਲ ਹੁੰਦੀਆਂ ਪਰ ਸੀਸੀਟੀਵੀ ਦਾ ਫਾਇਦਾ ਇਹ ਹੋਇਆ ਵੀ ਉਹਦੇ ਨਾਲ ਸਾਨੂੰ ਪਤਾ ਲੱਗ ਗਿਆ ਵੀ ਗੱਡੀਆਂ ਕਿਹੜੀਆਂ-ਕਿਹੜੀਆਂ ਸੀ ਕਿਹੜੇ-ਕਿਹੜੇ ਬੰਦੇ ਸੀ ਕਿੱਥੇ-ਕਿੱਥੇ ਜਾ ਕੇ ਉਹ ਰੁਕੇ ਨੇ ਕਿੰਨੀਆਂ ਉਹਨਾਂ ਨੇ ਗੋਲੀਆਂ ਮਾਰੀਆਂ ਨੇ ਉਸ ਤੋਂ ਬਾਅਦ ਵਿੱਚ ਗੋਲੀਆਂ ਦੀ ਆਵਾਜ਼ ਤੋਂ ਪਤਾ ਲੱਗ ਗਿਆ ਫਿਰ ਜਿਹੜੇ ਉੱਥੇ ਚਸ਼ਮਦੀਦ ਸੀਗੇ ਉਹਨਾਂ ਤੋਂ ਪਤਾ ਲੱਗ ਗਿਆ ਮਤਲਬ ਸੀਸੀਟੀਵੀ ਨੂੰ ਅਸੀਂ ਨਕਾਰ ਨਹੀਂ ਸਕਦੇ ਨਹੀਂ ਨਹੀਂ ਮੈਂ ਬਿਲਕੁਲ ਮੈਂ ਉਹੀ ਕਹਿ ਰਿਹਾ ਕਿ ਉੱਥੇ ਸੀਸੀਟੀਵੀ ਹੈ ਨਹੀਂ ਸੀ ਜਿੱਥੇ ਬੇਨ ਘਟਨਾ ਹੁੰਦੀ ਹੈ ਹਾਂ ਮੇਨ ਘਟਨਾ ਜਿੱਥੇ ਮੇਰਾ ਸਿਰਫ ਇਨਾ ਮਤਲਬ ਹੈ ਹੁਣ ਮੈਂ ਇਹ ਤੁਹਾਨੂੰ ਦੱਸਦਾ ਕਿ ਜਦੋਂ ਆਪਾਂ ਕਹਿੰਦੇ ਆ ਕਿ ਫੋਨ ਕਾਲ ਉਹ ਹੁਣ ਮੇਨ ਜਗ੍ਹਾ ਦੇ ਉੱਤੇ ਆ ਕੇ ਫੋਨ ਕਾਲ ਤੇ ਨਹੀਂ ਕਰ ਰਿਹਾ ਵੀ ਅਸੀਂ ਇੱਥੇ ਰੁਕ ਗਏ ਆ ਸਾਡੇ ਫਿਰ ਕੁਝ ਹੋ ਗਿਆ ਜਾਂ ਇੱਥੇ ਹੋ ਗਿਆ ਕਿਪ ਤੋ ਘਰੋਂ ਨਿਕਲਦੇ ਨੇ ਕਿਤੇ ਫੋਨ ਲਾਇਆ ਹੋਗਾ ਔਰ ਸਸਪੀਸ਼ੀਅਸ ਵੀ ਉਸ ਦੇਖੋ ਹੁਣ ਜਿਹੜੇ ਪਿੱਛੇ ਦੋ ਬੈਠੇ ਆ ਹੁ ਉਹੀ ਗੱਲ ਹੈ ਨਾ ਮੈਂ ਇਹ ਕਹਿ ਰਿਹਾ ਕਿ ਇੱਥੇ ਬੈਠ ਕੇ ਇਹ ਗੱਲ ਕਰਨੀ ਬਹੁਤ ਔਖਾ ਕਿਉਂਕਿ ਦੇਖੋ ਏਕ ਸਭ ਨੂੰ ਪਤਾ ਕਿ ਰੈਕੀਤ ਹੋਈ ਹੈ ਇਦਾਂ ਦੀਆਂ ਵੱਡੀਆਂ ਘਟਨਾ ਬਿਨਾਂ ਰੈਕੀਤੋ ਕਦੇ ਨਹੀਂ ਹੁੰਦੀਆਂ ਜਦੋਂ ਦੱਸਿਆ ਜਾਂਦਾ ਹੈ ਨਾ ਕਿ ਅੱਜ ਬੰਦਾ ਕੱਲਾ ਇੱਥੇ ਜਾਣਾ ਹੈ ਔਰ ਇਹ ਪਤਾ ਨਹੀਂ ਕਿੰਨੇ ਮਹੀਨਿਆਂ ਤੋ ਰੈਕੀ ਚੱਲਦੀ ਹੋਣੀ ਹੈ ਗਗਨ ਜੀ ਇਹਦਾ ਵੀ ਕੋਈ ਖੁਲਾਸਾ ਨਹੀਂ ਹੈਗਾ ਸਾਲਾਂ ਤੋ ਵੀ ਰੈਕੀ ਹੋ ਸਕਦੀ ਹੈ ਕਿਉਂਕਿ ਜਦੋਂ ਤੁਸੀਂ ਕੋਈ ਕਤਲ ਕਰਨਾ ਨਾ ਗੈਂਗਸਟਰ ਜਿਹੜੇ ਨੇ ਉਹ ਰੈਕੀ ਕਰਨ ਦੇ ਵਿੱਚ ਹੀ ਸਭ ਤੋਂ ਵੱਡਾ ਟਾਈਮ ਹੁੰਦਾ ਜੀ ਕਿ ਉਹ ਰੈਕੀ ਇਦਾਂ ਕਰ ਲੈਂਦੇ ਕਿ ਅਰੇ ਤੂੰ ਆਪਣਾ ਬੰਦਾ ਹੀ ਤੁਹਾਡੇ ਘਰੇ ਕਾਮਾਂ ਲਾ ਦਿੰਦੇ ਆ ਤੇ ਕਈ ਵਾਰ ਉਹ ਫੇ ਦੱਸਦੇ ਆ ਕਿ ਕੱਲੀ ਕੱਲੀ ਚੀਜ਼ ਤੁਹਾਨੂੰ ਸਾਲ ਚ ਪਤਾ ਹੋ ਜਾਵੇ ਇੱਥੇ ਜਾਂਦਾ ਇੱਥੇ ਦੀ ਰਿਸ਼ਤਦਾਰੀ ਆ ਇੱਥੇ ਇਹਨੇ ਰਿੰਨਾਂ ਚ ਰੁਕਣਾ ਜਿਵੇਂ ਹੁਣ ਗੋਲ ਗੱਪੇ ਦੀ ਗੱਲ ਤੁਸੀਂ ਕਰਦੇ ਹੋ ਕਿ ਵੀ ਇਹ ਗੋਲ ਗੱਪੇ ਖਾਣ ਜਾਂਦਾ ਦੇਖੋ ਪਿੰਡ ਚ ਅਸੀਂ ਨਾ ਪੰਜਾਬੀ ਬੜੇ ਉਹ ਹੁੰਨੇ ਆ ਸ਼ਾਇ ਬੜੇ ਹੁੰਨੇ ਆ ਅੱਛਾ ਜੀ ਹੁਣ ਮੈਂ ਪਿੰਡ ਮੈਨੂੰ ਗਨਮੈਨ ਮਿਲੇ ਹੁਣ ਤੇ ਮੈਂ ਪਿੰਡ ਦੁੱਧ ਫੜਨ ਜਾਵਾਂ ਤੇ ਮੈਂ ਗਨਮੈਨ ਨੂੰ ਕਹਾਂਗਾ ਭਾਈ ਤੁਸੀਂ ਬੈਠ ਜਾਓ ਮੈਂ ਤਾਂ ਲਾਗੇ ਦੁੱਧ ਫੜਨ ਜਾਣਾ ਆ ਮੈਨੂੰ ਤੇ ਮੈਨੂੰ ਟਿਚਰਾ ਕਰਕੇ ਫੜਨਗੇ ਵੀ ਦੁੱਧ ਲੈਣ ਆਇਆ ਆ ਆ 10 ਰੁਪਏ ਦਾ ਦੁੱਧ ਦਾ ਪੈਕੇਟ ਹੋਣਾ ਤੇ 25 ਰੁਪਏ ਦਾ ਪੈਕੇਟ ਆ ਤੇ ਨਾਲ ਗੰਨਮਣ ਚੱਕੀ ਫਿਰਦਾ ਜੀ ਗੰਨਮਣ ਚੱਕੀ ਉਹ ਉਹ ਇਹੀ ਗੱਲਾਂ ਦਾ ਕਰਕੇ ਸ਼ਾਇਦ ਇਹੀ ਗੱਲਾਂ ਦੇ ਉੱਤੇ ਰੈਕੀ ਹੋਈ ਹੋਵੇ ਜਦੋਂ ਚਾਹੇ ਗੋਲ ਗੱਪੇ ਖਾਣ ਜਾਂਦਾ ਜਾਂ ਕੁਝ ਵੀ ਖਾਣ ਜਾਂਦਾ ਆ ਤੇ ਗੰਨਮਣ ਨਹੀਂ ਲੈ ਕੇ ਜਾਂਦਾ ਬਿਲਕੁਲ ਬਿਲਕੁਲ ਉਸੇ ਤਰ੍ਹਾਂ ਦੀ ਇੱਕ ਪਿਕਚਰ ਕ੍ਰੀਏਟ ਹੁੰਦੀ ਆ ਜਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਨਾ ਵੀ ਰੈਕੀ ਹੁੰਦੀ ਹੁੰਦੀ ਆ ਵੀ ਜਿਵੇਂ ਭਗਵੰਦਪານ ਉਹਨਾਂ ਨੇ ਜਾਣਾ ਸੀਗਾ ਉਹਨਾਂ ਦੇ ਕੋਲ ਅਫਸੋਸ ਕਰਨ ਵਾਸਤੇ ਤੇ ਉੱਥੇ ਕਿੰਨੀ ਫੋਰਸ ਲਾ ਦਿੱਤੀ ਉਸ ਤੋਂ ਬਾਅਦ ਵਿੱਚ ਸਿਵਲ ਵਰਦੀ ਦੇ ਵਿੱਚ ਅੰਦਰ ਜਿਹੜੇ ਬੰਦੇ ਬ ਬੀਬੀਆਂ ਨੂੰ ਵੀ ਜਿਹੜੀਆਂ ਹੈਗੀਆਂ ਸਿਵਲ ਵਰਦੀ ਦੇ ਵਿੱਚ ਪੁਲਿਸ ਵਾਲੀਆਂ ਬੀਬੀਆਂ ਜਿਹੜੀਆਂ ਉਹਦੇ ਵਿੱਚ ਬਿਠਾ ਕੇ ਤਾਂ ਫਿਰ ਇੱਕ ਤਰ੍ਹਾਂ ਦਾ ਉਹ ਕੀਤਾ ਗਿਆ ਅਫਸੋਸ ਪ੍ਰਗਟ ਕੀਤਾ ਗਿਆ ਹੈ ਨਾ ਸੋ ਇਹ ਵੀ ਇੱਕ ਸਿਕਿਉਰਟੀ ਦਾ ਜਿਹੜਾ ਹੈ ਇਹ ਜਿਸ ਤਰੀਕੇ ਨਾਲ ਇਸੇ ਤਰ੍ਹਾਂ ਦੇ ਨਾਲ ਹੀ ਜਿਹੜਾ ਹੈ పార్ਟ ਆਫ ਸਿਕਿਉਰਟੀ ਆ ਇਸੇ ਤਰ੍ਹਾਂ ਦੇ ਨਾਲ ਰੇਕੀ ਦਾ ਵੀ ਇੱਕ ਪਾਰਟ ਹੁੰਦਾ ਹੈ ਨਾ ਅੱਛਾ ਤੁਹਾਨੂੰ ਮੈਂ ਦੱਸਿਆ ਕਿ ਸ਼ਾਪ ਸ਼ੂਟਰ ਵੀ ਕਿਹਾ ਜਾਂਦਾ ਕਿ ਇਹ ਸ਼ਾਇਦ ਇਹ ਪਹਿਲਾਂ ਕੋਈ ਫੌਜੀ ਰਹਿ ਚੁੱਕਾ ਕੋਈ ਰਿਟਾਇਰਡ ਇਦਾਂ ਇਦਾਂ ਦੇ ਸ਼ਾਪ ਸ਼ੂਟਰ ਹਾਇਰ ਕੀਤੇ ਜਾਂਦੇ ਆ ਹਮੇਸ਼ਾ ਹੀ ਉਹ ਬੱਡੇ ਬੱਲੇ ਬਸ ਤੇ ਨੇ ਸੋ ਜਿਵੇਂ ਤੁਸੀਂ ਕਹਿੰਨੇ ਹੋ ਕੱਲ ਕੱਲ ਸਿਕਿਉਰਿਟੀ ਦਾ ਵਿਰੋਧ ਵੀ ਬੜਾ ਹੋਇਆ ਸੀਗਾ ਉਹ ਕਹਿੰਦੇ ਸੀ ਵੀ ਇਦਾਂ ਨਹੀਂ ਜਾਣਾ ਚਾਹੀਦਾ ਉਦਾਂ ਨਹੀਂ ਹੋਣਾ ਚਾਹੀਦਾ ਪਰ ਮੈਨੂੰ ਲੱਗਦਾ ਕਿ ਦੇਖੋ ਅਸੀਂ ਅੱਜ ਸਿੱਧੂ ਮੂਸੇਵਾਲਾ ਦੇ ਕਤਲ ਤੇ ਪੁਛਤਾ ਰਹੇ ਹਾਂ ਨਾ ਹੂੰ ਉਹ ਸਾਡਾ ਸੀਐਮ ਹੈ ਇੱਕ ਡਿਕੋਰਮ ਸਪੋਸਟ ਦਾ ਸੰਵਿਧਾਨਕ ਪੋਸਟ ਹੈ ਬਿਲਕੁਲ ਔਰ ਉਸ ਵਾਲੀ ਜਗ੍ਹਾ ਤੇ ਜਾ ਰਿਹਾ ਜਿੱਥੇ ਕ੍ਰਿਟੀਕਲ ਪੋਸਟ ਹੈ ਕ੍ਰਿਟੀਕਲ ਜਗ੍ਹਾ ਹੈ ਤੇ ਜੇ ਕ੍ਰਿਟੀਕਲ ਜਗ੍ਹਾ ਦੇ ਉੱਤੇ ਜਾ ਕੇ ਉਹ ਆਪਣਾ ਸਿਕਿਉਰਿਟੀ ਉਹਦਾ ਪੂਰਾ ਨਾ ਹੋਊਗਾ ਕੱਲ ਉਹਦੇ ਨਾਲ ਕੋਈ ਅ비ਨਵੀ ਹੋ ਜਾਵੇ ਤੇ ਫਿਰ ਅਸੀਂ ਪੂਰਾ ਪੰਜਾਬ ਜ਼ਿੰਮੇਵਾਰ ਹੋ ਸਕਦੇ ਆ। ਕੀ ਤੁਹਾਨੂੰ ਲੱਗਦਾ ਫਿਰ ਇੱਥੇ ਗਿਆਨੀ ਹਰਪੀ ਸਿੰਘ ਉਹਨਾਂ ਦਾ ਫੈਸਲਾ ਬਿਲਕੁਲ ਗਲਤ ਹੈਗਾ ਜਿਹੜਾ ਉਹਨਾਂ ਨੇ ਸੈਂਟਰ ਸਰਕਾਰ ਤੋਂ ਲਈ ਹੋਈ ਜਿਹੜੀ ਜ਼ੈਡ ਸਿਕਿਉਰਿਟੀ ਉਹ ਵਾਪਸ ਕਰ ਦਿੱਤੀ। ਦੇਖੋ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਘਟਾ ਕੀਤਾ ਸੀਗਾ ਪੰਜਾਬ ਸਰਕਾਰ ਨੇ। ਹਾਂਜੀ। ਪੰਜਾਬ ਸਰਕਾਰ ਨੇ ਹਾਲਾਕੇ ਬਾਅਦ ਚ ਕਲੀਅਰ ਵੀ ਕਰ ਦਿੱਤਾ ਕਿ ਅਸੀਂ ਸਿਕਿਉਰਿਟੀ ਤੁਹਾਨੂੰ ਦੇ ਦਾਂਗੇ ਉਹਨਾਂ ਨੇ ਦੇਣ ਦੀ ਕੋਸ਼ਿਸ਼ ਵੀ ਕੀਤੀ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਉਦੋਂ ਵੀ ਕੇਂਦਰ ਵਾਲੇ ਜਵਾਬ ਦਿੱਤਾ ਸੀ ਜਿਵੇਂ ਹੁਣ ਕੇਂਦਰ ਨੂੰ ਕਹਿੰਦੇ ਕਿ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ ਕਿ ਮੇਰੇ ਮੁੰਡੇ ਸਾਡੇ ਜਿਹੜੇ ਨੇ ਹੈਨਾ ਖਾਲਸਾ ਫੋਰਸ ਦੇ ਮੁੰਡੇ ਜਿਹੜੇ ਨੇ ਉਹ ਉਹ ਹੀ ਸਾਡਾ ਮੇਰਾ ਧਿਆਨ ਰੱਖ ਲੈਣਗੇ ਪਰ ਸਿਕਿਉਰਿਟੀ ਦੇਖੋ ਇਹਨਾਂ ਇਹਨਾਂ ਸਖਸ਼ੀਅਤਾਂ ਨੂੰ ਸਿਕਿਉਰਿਟੀ ਦੀ ਬਹੁਤ ਜ਼ਰੂਰਤ ਹੈ ਬਿਲਕੁਲ ਮੈਨੂੰ ਲੱਗਦਾ ਹੁੰਦਾ ਕਿ ਯਾਰ ਇਹਨਾਂ ਨੂੰ ਆਪ ਦੇ ਲਈ ਨਹੀਂ ਕਿਉਂਕਿ ਕੱਲੋਂ ਇਹਨਾਂ ਦੇ ਨਾਲ ਕੋਈ ਹੱਬੀ ਨਾ ਵੀ ਹੋਵੇ ਨਾ ਤੇ ਸ਼ਰਮਾਂ ਦਾ ਮਾਮਲਾ ਸੀ ਜਿੱਥੇ ਮਰਜੀ ਦੇਖ ਲੈ ਡੈਲੀਕੇਟ ਬਹੁਤ ਆ ਹੈਨਾ ਕਾਲੂ ਅਸੀਂ ਅਸੀਂ ਬੜੇ ਵਾਰੀ ਇਹ ਤਾਂ ਧਾਰਨਾ ਪਰ ਤੱਖ ਧਾਰਨਾ ਆ ਅਸੀਂ ਲੋਕ ਸੜ ਦੇ ਦੇਖੇ ਹਨ ਲਈ ਸੋ ਇਸ ਕਰਕੇ ਮੈਨੂੰ ਲੱਗਦਾ ਸੀਗਾ ਕਿ ਸ਼ਾਇਦ ਗਿਆਨੇ ਹਰਪ੍ਰੀਤ ਸਿੰਘ ਨੂੰ ਸਕਿਉਰਟੀ ਲੈ ਲੈਣੀ ਚਾਹੀਦੀ ਸੀ ਪਰ ਕਿਤੇ ਨਾ ਕਿਤੇ ਦੇਖੋ ਇਹ ਵੀ ਗੱਲ ਆ ਨਾ ਕਿ ਅੱਜ ਕੱਲ ਲੋਕ ਅੱਜ ਕਿਉਂਕਿ ਹਮੇਸ਼ਾ ਹੁਣਾਂ ਨੇ ਕਹਿੰਦੇ ਜੀ ਬਿਨਾ ਮੰਗੇ ਸ਼ਾਇਦ ਉਹ ਇਹਨਾਂ ਨੇ ਮੰਗੀ ਵੀ ਨਹੀਂ ਸੀ ਤੇ ਉਹ ਸਕਿਉਰਟੀ ਦੇ ਦਿੱਤੀ 2014 ਤੋਂ ਸਰਕਾਰ ਮੈਂ ਅਕਸਰ ਕਹਿਣਾ ਹੁੰਦਾ ਤੇ ਪਹਿਲਾਂ ਤੇ ਗੁਰੂ ਤੇਗ ਬਹਾਦਰ ਜੀ ਦਾ ਕਦੇ ਸੋਚਿਆ ਨਹੀਂ ਸੀ ਵੀ ਲਾਲ ਕਿਲੇ 'ਚ ਮਨਾਉਣਾ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਸਾਡਾ ਬਣਾਉਣਾ ਆ ਹੁਣ ਇਕਦਮ ਜੋ ਇਲੈਕਸ਼ਨਸ ਉਹ ਹਾਰ ਗਏ ਆ ਤੇ ਪੰਜਾਬ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੀ ਉਹ ਵੀ ਧਰਮ ਵਾਲੇ ਰਾਹ ਤੇ ਗਿਆਨੀ ਹਰਪੀ ਸਿੰਘ ਹੁਣਾਂ ਨੂੰ ਵੀ ਇਹ ਮਤਲਬ ਸੋਚ ਲਿਆ ਹੋਣਾ ਨਾ ਵੀ ਬਿਨਾ ਮੰਗੇ ਤਾਂ ਕੋਈ ਕਿਸੇ ਨੂੰ ਸਲਾਹ ਨਹੀਂ ਦਿੰਦਾ ਤੇ ਇਹਨਾਂ ਨੇ ਮੈਨੂੰ ਸਿਕਿਉਰਿਟੀ ਦਿੱਤੀ ਤੇ ਦਿੱਤੀ ਕਿਉਂ ਹੈ ਨਾ ਕਿਤਨੇ ਕਿਤੇ ਪਰ ਇੱਥੇ ਹੁਣ ਦੂਜਾ ਆਪਾਂ ਪੱਖ ਇਹਦਾ ਇੱਕ ਛੋਟਾ ਜਿਹਾ ਆਪਾਂ ਦੇਖਣਾ ਆ ਵੀ ਕਾਂਗਰਸ ਦੇ ਕਈ ਦਿਗਜ ਨੇਤਾ ਆਗੂ ਇਹ ਪਤਾ ਲੱਗਾ ਆ ਇਹ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਵੀ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਰਹੇ ਆ ਤੇ ਦੂਸਰੀ ਪਾਸੇ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੇ ਦੁਆਰਾ ਇੱਕ ਜੈਡ ਸਿਕਿਉਰਿਟੀ ਦਾ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਦੇਣਾ ਹੈ ਨਾ ਕਿਉਂਕਿ ਉਹਨਾਂ ਨੇ ਸਫਰਸ਼ ਕੀਤੀ ਸੋ ਇਹ ਦੋਨੇ ਗੱਲਾਂ ਕਿਤੇ ਨਾ ਕਿਤੇ ਕੀ ਤੁਹਾਨੂੰ ਲੱਗਦਾ ਵੀ ਮੇਲ ਖਾਂਦੀਆਂ ਤੇ ਕਾਂਗਰਸ ਦੇ ਕਿਹੜੇ ਕਿਹੜੇ ਇਹੋ ਜਿਹੇ ਉਮੀਦਵਾਰ ਹੈਗੇ ਆ ਜਾਂ ਇਹੋ ਜਿਹੇ ਆਗੂ ਬਜਨ ਉੱਤੇ ਤੁਹਾਨੂੰ ਸ਼ੱਕ ਪੈਂਦੀ ਹੈ ਦੇਖੋ ਇਹ ਤਾਂ ਪ੍ਰਤੱਖ ਹੋ ਗਿਆ ਸਵੇਰ ਦਾ ਮੀਡੀਆ ਦੇ ਵਿੱਚ ਬੜੇ ਬੜੇ ਨਾਮ ਨੇ ਹੁਣ ਤਾਂ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਦਾ ਜਮਾਨਾ ਹਾਂਜੀ ਕਦੇ ਕੁਝ ਰਹਿੰਦਾ ਹੀ ਨਹੀਂ ਆ ਤਾਨੂੰ ਯਾਦ ਹੋਵੇਗਾ ਮਹਿੰਦਰ ਸਿੰਘ ਕੇਪੀ ਵਾਲਾ ਜਿਹੜਾ ਖਤਰਾ ਸੀ ਕਿ ਮਹਿੰਦਰ ਸਿੰਘ ਕੇਪੀ ਨੂੰ ਕਹਿੰਦੇ ਜੀ ਆਦਮਪੁਰੋ ਲੜਾਉਣਾ ਬਿਲਕੁਲ ਸੁਖਵਿੰਦਰ ਕੋਟ ਨੇ ਪਹਿਲੇ ਜਾ ਕੇ ਪਰਿਆ ਉਹ ਬੜਾ ਡਰਾਮਾ ਹਾਈ ਵੋਲਟੇਜ ਡਰਾਮਾ ਸੀ ਪਤਾ ਨਹੀਂ ਸਲਾਤਾ ਵੀ ਕੌਣ ਕਿਦੋਂ ਕਿੱਥੇ ਆ ਉਦੋਂ ਉਦੋਂ ਉਹ ਉਸ ਉਸ ਗੱਲ ਦਾ ਮੈਂ ਤੁਹਾਡੇ ਨਾਲ ਜੜ ਕੇ ਕਰਾਂਗਾ ਵੀ ਤੁਸੀਂ ਇਹ ਦੇਖੋ ਵੀ ਉਹ ਡੀਸੀ ਦੇ ਸਾਹਮਣੇ ਬੈਠੇ ਹੋਏ ਹਾਂ ਹਾਂ ਮਿੰਦਰ ਸਿੰਘ ਕੇਪੀ ਉਹਨਾਂ ਤੋਂ ਪਹਿਲਾਂ ਫਿਰ ਬਾਅਦ ਚ ਪਤਾ ਲੱਗਾ ਯਾਰ ਉਹ ਪਹਿਲੇ ਉਮੀਦਵਾਰ ਤਾਂ ਕਿ ਭਰ ਵੀ ਗਿਆ ਫਿਰ ਉਹ ਕਹਿੰਦੇ ਵੀ ਨਹੀਂ ਵੀ ਮੈਨੂੰ ਚੰਨੀ ਨੇਲ ਜਿਹੜਾ ਔਰ ਜਦ ਕਿ ਇਹਦੇ ਵਿੱਚ ਇਹ ਵੀ ਗੱਲ ਜ਼ਿਕਰਯੋਗ ਹੈਗੀ ਆ ਵੀ ਚਰਨਜੀਤ ਸਿੰਘ ਚੰਨੀ ਉਸ ਵੇਲੇ ਮੌਜੂਦਾ ਮੁੱਖ ਮੰਤਰੀ ਸੀਗੇ ਔਰ ਉਹਨਾਂ ਦਾ ਇਹਨਾਂ ਦੇ ਨਾਲ ਰਿਸ਼ਤੇਦਾਰੀ ਹੈ ਮਹਿੰਦਰ ਸਿੰਘ ਕੇਪੀ ਉਹਨਾਂ ਦੇ ਨਾਲ ਹਾਂਜੀ ਅੱਛਾ ਚਲੋ ਮੈਂ ਤੁਹਾਡੇ ਹੁਣ ਸਵਾਲਾਂ ਦੇ ਜਵਾਬ ਤੇ ਹਾਂ ਤੁਸੀਂ ਕਹਿੰਦੇ ਆ ਕਿ ਦੋ ਗੱਲਾਂ ਆ ਹਾਂਜੀ ਇੱਕ ਤੁਸੀਂ ਸਿਕਿਉਰਟੀ ਬਾਰੇ ਪੁੱਛਿਆ ਵੀ ਸਿਕਿਉਰਟੀ ਵਾਪਸ ਕਰ ਦੇ ਇਹ ਦੋਨੇ ਬੱਕਰੀਆਂ ਬੱਕਰੀਆਂ ਕਾ ਬਣਾ ਹਮ ਹੈ ਕਿ ਇੱਕੋ ਪਾਰਟੀ ਦੀ ਸਟ੍ਰੈਟਜੀ ਆ ਪਰ ਖਬਰਾਂ ਬੱਕਰੀਆਂ ਮੈਂ ਮੈਂ ਤਾਂ ਹੀ ਪਹਿਲਾਂ 2014 ਦੀ ਗੱਲ ਕੀਤੀ ਸੀ ਵੀ 2014 ਤੋਂ ਮੋਦੀ ਸਾਹਿਬ ਸਰ ਸੱਤਾ ਚ ਨੇ ਜੀ ਕਦੇ ਬਿਹਾਰ ਨੂੰ ਸਪੈਸ਼ਲ ਪੈਕੇਜ ਮਿਲਦਾ ਆ ਹਾਂ ਲਦਾਖ ਜੰਮੂ ਕਸ਼ਮੀਰ ਨੂੰ ਸਪੈਸ਼ਲ ਪੈਕੇਜ ਮੰਡਾ ਹੈ ਕਰੋੜਾਂ ਦਾ ਕਰੋੜਾਂ ਦਾ ਹਾਂ ਇਹ ਸਪੈਸ਼ਲ ਪੈਕੇਜ ਹੁੰਦਾ ਹੀ ਕਰੋੜਾਂ ਦਾ ਹੈ ਜੀ ਹਾਂ ਨਹੀਂ ਉਹ ਤਾਂ ਕਰਕੇ ਦੱਸਣਾ ਪੈਂਦਾ ਆ ਕਈ ਵਾਰੀ ਮੋਦੀ ਸਾਹਿਬ ਜਦੋਂ ਸਟੇਜ ਉੱਤੇ ਖੜੇ ਹੋ ਕੇ ਕਹਿੰਦੇ ਨੇ ਵੀ ਆਪਕੋ ਕਿੰਨੇ ਚਾਹੀਏ ਅਗਲੇ ਕਿਤੇ ਮੋਰੇ ਹਜ਼ਾਰ ਬੋਲ ਦੇਣ ਹੁਣ ਪੰਜਾਬ ਚ ਆ ਕੇ ਕਿਤੇ ਉਹ ਕਹਿ ਦੇਣ ਵੇ ਦੱਸੋ ਪੰਜਾਬ ਵਾਸੀ ਤੁਹਾਨੂੰ ਕਿੰਨੇ ਕਰੋੜ ਚਾਹੀਦਾ ਕਿੰਨਾ ਚਾਹੀਦਾ ਹੈ ਨਾ ਇਹ ਕਹਿ ਦੇਣ ਵੀ ਸਾਨੂੰ ਤਾਂ ਜੀ 10 ਲੱਖ ਚਾਹੀਦਾ ਸਾਨੂੰ 20 ਲੱਖ ਚਾਹੀਦਾ ਹੈ ਨਾ ਮੈਂ ਕਹਾਂ ਵੀ ਇੱਥੇ ਆਪਾਂ ਕੋਟ ਜ਼ਰੂਰ ਕਰ ਦਈਏ ਇਸ ਗੱਲ ਨੂੰ ਵੀ ਭਾਈ ਕਰੋੜਾਂ ਦੇ ਪੈਕੇਜ ਹੁਣ ਮੇਰੇ ਅਰ ਕਿੰਨੇ ਨੇ ਦੇਖੇ ਨਹੀਂ ਹੁੰਦੇ ਤਾਂ ਕੈ ਪੁੱਛ ਵੀ ਲਵੇ ਤਾਂ ਉਹ ਕਾਈ ਦਿੰਦਾ ਵੀ ਚੱਲ ਯਾਰ ਇੰਨੇ ਦੇ ਦੋ ਹਾਂ ਹੈ ਨਾ ਅੱਛਾ ਤੇ ਇਹ ਗੱਲ ਹੁਣ ਦੇਖੋ 2014 ਤੋਂ ਸੱਤਾ ਦੇ ਵਿੱਚ ਸਪੈਸ਼ਲ ਪੈਕੇਜ ਕਦੇ ਨਹੀਂ ਬਣਿਆ ਇਸ ਵਾਰ ਹਾਰ ਦਾ ਮੂੰਹ ਵੇਖਣ ਨੂੰ ਮਿਲਿਆ ਹੂੰ ਪੰਜਾਬ ਦੇ ਵਿੱਚ ਦੇਖੋ ਕਿਉਂਕਿ ਇਹ ਕਹਿੰਦੇ ਕਿ ਪੂਰੀ ਪੂਰੇ ਦੇਸ਼ ਦੇ ਵਿੱਚ ਅਸੀਂ ਸੈਫਰਨ ਵੇਵ ਲੈ ਕੇ ਲਗਾਤਾਰ ਤੁਸੀਂ ਦੇਖਿਆ ਸਿੱਖ ਹਤਾਸ਼ੀ ਫਾਇਦੇ ਲੈਣੇ ਗਏ। ਬਾਲ ਵੀਰ ਦੇ ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ। ਕਰ ਦਿੱਤਾ। ਪਹਿਲਾਂ ਨਹੀਂ ਕਦੇ ਮਨਾਇਆ। ਨਹੀਂ ਮਨਾਇਆ। ਹੈਨਾ? ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਦਿਵਸ ਇਹਨਾਂ ਨੇ ਮਨਾਇਆ ਲਾਲ ਕਿਲੇ ਦੇ ਵਿੱਚ। ਬਿਲਕੁਲ। ਉਹ ਮਨਾਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਿਵਸ ਮਨਾਇਆ। ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣਾ ਤੇ ਇਹ ਕਿਤੇ ਨਾ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਵਾਸਤੇ ਇੱਕ ਤਰੀਕ ਜਿਹੜੀ ਨਿਸ਼ਿਤ ਕੀਤੀ ਗਈ ਸੀਗੀ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ਪੁਰਪ ਸੀਗਾ ਸੋ ਮਾਫੀ ਮੰਗੀ ਉਸ ਹਾਂ ਦੇਖੋ ਹਾਂ ਉਹੀ ਗੱਲ ਹੈ ਨਾ ਤੁਸੀਂ ਦੇਖੋ ਕਿ ਇਹ ਇਸ਼ਾਰੇ ਇਹ ਆ ਕਿ ਧਰਮ ਦੇ ਰਾਤੇ ਕਿਉਂਕਿ ਇੱਥੇ ਸੱਤਾ ਜਿਹੜੀ ਹੈ ਨਾ ਉਹ ਸਿਰਫ ਦੋ ਤਰੀਕੇ ਨਾਲ ਚਲਾ ਜਾ ਸਕਦੀ ਹਾਂਜੀ ਜਾਂ ਤੇ ਤੁਸੀਂ ਬੜੇ ਪਾਵਰਫੁੱਲ ਤਰੀਕੇ ਨਾਲ ਚਲਾ ਲਓ ਜਾਂ ਫਿਰ ਧਰਮ ਦੇ ਰਾਤੇ ਚਲਾ ਲਓ ਤੇ ਅਕਸਰ ਅਸੀਂ ਪਾਵਰਫੁੱਲ ਵਾਲੇ ਰਾਹ ਤੇ ਤੇ ਦੇਖੇ ਨਹੀਂ ਕਿਉਂਕਿ ਡੈਮੋਕ੍ਰੇਸੀ ਆ ਇਹ ਧਰਮ ਦੇ ਰਾਹ ਤੇ ਉੱਤੇ ਹੁੰਦੀ ਹੈ ਸੱਤਾ ਤੇ ਪੰਜਾਬੀਆਂ ਨੂੰ ਵੀ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੂਸਰੇ ਬੰਨੇ ਅੱਜ ਅਮਿਤ ਸ਼ਾਹ ਹੁਣੀ ਜਿਹੜੇ ਨੇ ਉਹ ਰਿਪੋਰਟ ਕਾਰਡ ਲੈਣ ਆਏ ਹੋਏ ਚੰਡੀਗੜ੍ਹ ਦੇ ਵਿੱਚ ਜੀ ਕਿਉਂਕਿ ਅਮਿਤ ਸ਼ਾਹ ਨੂੰ ਸਟਰੈਟਜਿਸਟ ਮੰਨਿਆ ਜਾਂਦਾ ਆ ਔਰ ਕਹਿੰਦੇ ਕਿ ਉਹ ਮਾਸਟਰ ਮਾਈਂਡ ਆ ਚਣਕਿਆ ਜੀ ਚਣਕਿਆ ਉਹ ਮਾਸਟਰ ਮਾਈਂਡ ਕਹਿੰਦਾ ਵੀ ਪੰਜਾਬ ਨਹੀਂ ਕਿੱਦਾਂ ਜਿੱਤਿਆ ਜਾ ਸਕਦਾ ਸੋ ਆ ਜੋ ਕੇਂਦਰ ਦੀਆਂ ਨੀਤੀਆਂ ਦੇ ਬਾਰੇ ਪੰਜਾਬ ਦੇ ਬੀਜੇਪੀ ਦੇ ਲੀਡਰ ਜਿਹੜੇ ਨੇ ਨਾ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਵੀਡੀਓ ਕਾਨਫਰencing ਹੋਏਗੀ ਤੇ ਨਾਲ ਹੀ ਨਾਲ ਵੱਡੇ ਨਾਮ ਵੀ ਜਿਹੜੇ ਕਹਿੰਦੇ ਜੀ ਉਹ ਸ਼ਾਮਲ ਹੋ ਸਕਦੇ ਨੇ ਸਭ ਤੋਂ ਵੱਡਾ ਨਾਮ ਜਿਹੜਾ ਆ ਡਿਪਟੀ ਸੀਐਮ ਰਹਿ ਚੁੱਕੇ ਆ ਰਾਜਕੁਮਾਰ ਵੇਰਕਾ ਅਮਰਜੀਤ ਸਾਹਿਬ ਤੋਂ ਉਹਨਾਂ ਦਾ ਨਾਮ ਵੀ ਕਹਿੰਦੇ ਆ ਸ਼ਾਮ ਤੱਕ ਕਲੀਅਰ ਹੋ ਜਾਊਗਾ ਜਦੋਂ ਤੱਕ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਹਾਲ ਤੱਕ ਕਲੀਅਰ ਨਹੀਂ ਹੋਇਆ ਕਿਉਂਕਿ ਜਦੋਂ 605 ਆ ਹੁੰਦਾ ਹੈ ਇਹ ਜੀ ਕਿਉਂਕਿ ਡਿਪਟੀ ਸੀਐਮ ਜਿਹੜੇ ਸਿਗੇ ਉਹ ਓਮ ਪ੍ਰਕਾਸ਼ ਸੋਨੀ ਤੇ ਸੁਖਚੰਦਰ ਸਿੰਘ ਰੰਧਾਵਾ ਸਿਗੇ ਤੇ ਇਹ ਜਿਹੜੇ ਹੈਗੇ ਆਗੂ ਸਿਗੇ ਵੈਸੇ ਅਗਲੀ ਲੈ ਮਤਲਬ ਜੇ ਲਾਈਨ ਬਣਾ ਲਈ ਜਾਵੇ ਨਾ ਤੇ ਮੋਰਲੀ ਲਾਈਨ ਦੇ ਪਹਿਲੇ ਨੰਬਰ ਤੇ ਹੋਣ ਵਾਲੀ ਸਿਗੇ ਆ ਮੈਨੂੰ ਲੱਗਦਾ ਮੈਂ ਹੀ ਗਲਤ ਕਹਿ ਗਿਆ ਕਿਉਂਕਿ ਉਹ ਰਾਜ ਕੁਮਾਰ ਵਿਰਾਜ ਕੁਮਾਰ ਵੇਰਕਾ ਜਿਹੜੇ ਨੇ ਉਹ ਉਹ ਸ਼ਾਮਲ ਹੋ ਸਕਦੇ ਨੇ ਜੀ ਸੋ ਰਾਜ ਕੁਮਾਰ ਵੇਰਕਾ ਤੇ ਉਸ ਤੋਂ ਬਾਅਦ ਬਲਬੀਰ ਸਿੱਧੂ ਬਲਬੀਰ ਸਿੱ ਤੇ ਸੁੰਦਰ ਸ਼ਾਮ ਰੋੜਾ ਇਹਨਾਂ ਕੋਲੇ ਵਪਾਰ ਤੇ ਵਣਜ ਸੀਗਾ ਜੀ ਹੁਸ਼ਿਆਰਪੁਰ ਤੋਂ ਹਣਾ ਹਾਂ ਇਹ ਇਹ ਜਿਹੜੇ ਵੱਡੇ ਨਾਮ ਜਿਹੜੇ ਨੇ ਇਹ ਸ਼ਾਮਲ ਹੋ ਸਕਦੇ ਨੇ ਔਰ ਜੇ ਇਹ ਹੋਇਆ ਤੇ ਬਹੁਤ ਵੱਡੀ ਗੱਲ ਹੋ ਸਕਦੀ ਹੈ ਕਿਉਂਕਿ ਬਿਲਕੁਲ ਮੈਂ ਕਹਿੰਦਾ ਜੀ ਇੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਦੋਂ ਪਹਿਲੀ ਵਾਰੀ ਇਹਨਾਂ ਜਦੋਂ ਏਦਾਂ ਦੀ ਖਰੀਦੋ ਫਰੋਖਤ ਹੋਣੀ ਸ਼ੁਰੂ ਹੋਈ ਆ ਜਾਂ ਫਿਰ ਉਹਨਾਂ ਦੇ ਆਉਣ ਤੋਂ ਬਾਅਦ ਵਿੱਚ ਬਹੁਤ ਸਾਰੇ ਚਿਹਰੇ ਜਿਹੜੇ ਨੇ ਉਹ ਉਧਰ ਨੂੰ ਗਏ ਨੇ ਸੁਨੀਲ ਜਾਖੜ ਵਰਗੇ ਉਸ ਤੋਂ ਬਾਅਦ ਵਿੱਚ ਸ਼ਾਮਸੁੰਦਰ ਅਰੋੜਾ ਦਾ ਜਾਣਾ ਵੇਰਕਾ ਦਾ ਜਾਣਾ ਜਾਂ ਫਿਰ ਹੋਰ ਬਹੁਤ ਸਾਰੇ ਆਗੂ ਜਿਹੜੇ ਆ ਨਹੀਂ ਹੱਲੇ ਆਪਾਂ ਜਾਣਾ ਨਹੀਂ ਕਹਿ ਸਕਦੇ ਹੱਲੇ ਜਾਣ ਵਾਲੇ ਨਹੀਂ ਕਹਿ ਸਕਦੇ ਚਲੋ ਆਪਾਂ ਇਹਨੂੰ ਜਾਣ ਵਾਲੇ ਦੀ ਬ੍ਰੈਕਟ ਵਿੱਚ ਰੱਖ ਲੈਂਦੇ ਆ ਕਿਉਂਕਿ ਸਾਡਾ ਫਰਜ਼ ਬਣਦਾ ਨਾ ਇਸ ਕੁਰਸੀ ਤੇ ਬੈਠ ਕੇ ਖਾਲੋ ਕਾਇਦੇ ਹੈ ਨਾ ਤੇ ਰਾਜਾ ਵੜਿੰਗ ਦਾ ਕਹਿਣਾ ਸੀਗਾ ਵੀ ਭਾਈ ਜਿਹਨੇ ਹੁਣ-ਹੁਣ ਜਾਣਾ ਚਲੇ ਜਾਓ ਹੂੰ ਤਾ ਕਿ ਇਹ ਜਿਹੜੀ ਪਾਰਟੀ ਹੈ ਨਾ ਕਾਂਗਰਸ ਪਾਰਟੀ ਉਹਨਾਂ ਦਾ ਬਿਆਨ ਸੀਗਾ ਇਹ ਕਿ ਜਿਨੇ ਜਿਨੇ ਲਿਜਾਣਾ ਹੈ ਜਿਨੇ ਜਿਨੇ ਜਾਣਾ ਹੈ ਉਹ ਹੁਣ ਚਲੇ ਜਾਓ ਜਿਨ ਜਨ ਵੀ ਜਾਣਾ ਤੇ ਜਿਨੇ ਲਿਜਾਣਾ ਉਹ ਲੈ ਜਾਓ ਕਿਉਂਕਿ ਜੇ ਉਹਨੇ ਹੀ ਜਾਣਾ ਹੈ ਜਿਨੇ ਲਿਜਾਣ ਦਾ ਮਨ ਬਣਾਇਆ ਹੋਇਆ ਹੈ ਸੋ ਉਹਨੇ ਉਹਨਾਂ ਨੇ ਇੱਕ ਗੱਲ ਕਲੀਅਰ ਕਰ ਕਰ ਦਿੱਤੀ ਸੀ ਪਰ ਫਿਰ ਵੀ ਇਹ ਜਿਹੜੇ ਖਤਰੇ ਹੈਗੇ ਆ ਇਹ ਕੀ ਤੁਹਾਨੂੰ ਲੱਗਦਾ ਵੀ ਇਹ ਸਾਰੇ ਦੇ ਸਾਰੇ ਰਾਜਨੀਤੀ ਤੋਂ ਪ੍ਰੇਰਿਤ ਨੇ ਜਾਂ ਫਿਰ ਕਿਸੇ ਨਾ ਕਿਸੇ ਕੋਈ ਇੱਕ ਸਮੂਹ ਦੇ ਉੱਤੇ ਜਾਂ ਫਿਰ ਕਿਸੇ ਨਾ ਕਿਸੇ ਹਿੱਤ ਦੇ ਉੱਤੇ ਆ ਕੇ ਇਕੱਠੇ ਹੁੰਦੇ ਆ ਦੇਖੋ ਜਦੋਂ ਅਸੀਂ ਗੱਲ ਕਰਦੇ ਆ ਅਨੇ ਕਹਿੰਦੇ ਸੱਤਾ ਦੇ ਵਿੱਚ ਜਿਹੜੀ ਇਹ ਹੈ ਤੇ ਸਾਰੀ ਰਾਜਨੀਤੀ ਤੁਹਾਡਾ ਦੂਸਰੇ ਸਵਾਲ ਦਾ ਜਵਾਬ ਵੀ ਰਾਜਨੀਤੀ ਤੇ ਪਹਿਲੇ ਸਵਾਲ ਦਾ ਜਵਾਬ ਵੀ ਰਾਜਨੀਤੀ ਹੈ ਘੁਮ ਘਮਾ ਕੇ ਤੇ ਰਾਜਨੀਤੀ ਹੈ ਰਾਜਨੀਤੀ ਹੈ ਬਿਲਕੁਲ ਤੇ ਰਾਜਨੀਤੀ ਹੁਣ ਕਿਸੇ ਤਰੀਕੇ ਨਾਲ ਵੀ ਕੰਨ ਮਰੋੜ ਸਕਦੀ ਆ ਕਿਉਂਕਿ ਅਸੀਂ ਦੇਖਿਆ ਕਿ ਜਿਵੇਂ ਸੈਂਟਰ ਏਜੰਸੀਆਂ ਰਾਣੇਂਦਰ ਜਿਹੜਾ ਆ ਉਦੇ ਈੜੀ ਜਲਾ ਦਿੱਤੀ ਜਾਂਦੀ ਸੀਗੀ ਫਿਰ ਸੀਪੀਆਈ ਦੀ ਜਾਂਚ ਕੀ ਪਤਾ ਕੀ 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 ਹਿਸਾਬ ਦਾ ਹੁੰਦਾ ਆ ਅਜੇ ਤੱਕ ਲੋਕ ਇਤੇ ਵੀ ਕਹਿੰਦੇ ਸੀ ਕਿ ਬੰਜੰਦਰ ਸਿੰਘ सिरसा ਹੁਣਾਂ ਨੂੰ ਵੀ ਕਿਸੇ ਕਾਰਨ ਮਰੋੜਿਆ ਗਿਆ ਆ ਸੋ ਤੁਹਾਡੇ ਦੋਆ ਗੱਲਾਂ ਦਾ ਜਵਾਬ ਤੇ ਰਾਜਨੀਤੀ ਆ ਤੁਸੀਂ ਚਾਹੇ ਇਧਰੋਂ ਪੁੱਛ ਲਓ ਚਾਹੇ ਉਧਰੋਂ ਪੁੱਛ ਲਓ ਗੱਲ ਤੁਸੀਂ ਉਥੋਂ ਸ਼ੁਰੂ ਕਰ ਲਈ ਆ ਵੀ ਜਦੋਂ ਚੋਣ ਪ੍ਰਚਾਰ ਮਗਿਆ ਪਿਆ ਸੀਗਾ ਤੇ ਸੁਖਵੀਰ ਬਾਦਲ ਹੁਣਾਂ ਤੇ ਹਮਲਾ ਹੋ ਜਾਂਦਾ ਔਰ ਉਹ ਭੱਜ ਕੇ ਜਾਨ ਬਚਾਉਂਦੇ ਉਤੋਂ ਬਾਅਦ ਵਿੱਚ ਗੋਲੀ ਚੱਲਦੀ ਆ ਮਤਲਬ ਸਰਟੀਫੀਕੇਟ ਤਾਂ ਚਲੋ ਕਿਸੇ ਦੇ ਨਹੀਂ ਆਈ ਪਰ ਫਿਰ ਵੀ ਜਿਹੜੀ ਹੈਗੀ ਇੱਕ ਸਟਰੈਟਜੀ ਬਣ ਗਈ ਲੋਕਾਂ ਦਾ ਜਿਹੜਾ ਹੈ ਨਾ ਇੱਕ ਹਮਦਰਦੀ ਲੈਣ ਦਾ ਜ਼ਰੀਆ ਬਣ ਗਿਆ ਸੋ ਹੁਣ ਆਪਾਂ ਨਾ ਥੋੜਾ ਜਿਹਾ ਜੇ ਦੂਸਰੇ ਪਾਸੇ ਆਜੀ ਆਪਣੇ ਪੰਜਾਬ ਦੇ ਵੱਲ ਤੇ ਇੱਥੇ ਨਾ ਆਮ ਆਦਮੀ ਪਾਰਟੀ ਦੀ ਇੱਕ ਐਮ ਮੀਟਿੰਗ ਚੱਲ ਰਹੀ ਮਤਲਬ ਭਗਵੰਤ ਮਾਨ ਹੁਣ ਹੀ ਲੈਣ ਜਾ ਰਹੇ ਆ ਤੇ ਹੋ ਸਕਦਾ ਆਪਣੇ ਗੱਲ ਕਰਦੇ ਕਰਦੇ ਹੋ ਗਈ ਹੋਵੇ ਜਾਂ ਹੁਣ ਹੀ ਹੋਵੇ ਸੋ ਉਹ ਜਿਹੜੀ ਮੀਟਿੰਗ ਆ ਉਹਦਾ ਖਾਸ ਏਜੰਡਾ ਕੀ ਹੋਣ ਵਾਲਾ ਪਤਾ ਦੇਖੋ ਮੀਟਿੰਗ ਜਿਹੜੀ ਆ ਭਗਵੰਤ ਮਾਨ ਹੀ ਲੈਣਗੇ ਸੀਐਮ ਆ ਔਰ ਆਮ ਆਦਮੀ ਪਾਰਟੀ ਦੀ ਨਹੀਂ ਤੁਸੀਂ ਕਹੋ ਕੈਬਨਟ ਮੀਟਿੰਗ ਹੋਣ ਡਈ ਇਹ ਕੈਬਨਟ ਮੀਟਿੰਗ ਹੈ ਕੈਬਨਟ ਆਮ ਆਦਮੀ ਪਾਰਟੀ ਦੀ ਹੈ ਬਨਵੇਂ ਹਾਂ ਤੁਸੀਂ ਕਹਿ ਸਕਦੇ ਆ ਤੇ ਇਹ ਕੈਬਨਟ ਮੀਟਿੰਗ ਜਿਹੜੀ ਅਹਿਮ ਇਸ ਕਰਕੇ ਆ ਕਿਉਂਕਿ ਲਾ ਐਂਡ ਆਰਡਰ ਦੇ ਉੱਤੇ ਗੱਲ ਜਿਹੜੀ ਹੋਣੀ ਸੁਭਾਵਿਕ ਆ ਜੀ ਜੀ ਕਿਉਂਕਿ ਅੱਜ ਮੋਗਾ ਦੇ ਵਿੱਚ ਵੀ ਸ਼ਰੀਆ ਤਲਵਾਰਾਂ ਦੇ ਨਾਲ ਮੁੰਡਾ ਵੱਢ ਦਿੱਤਾ ਤੇ ਲਾ ਐਂਡ ਆਰਡਰ ਦੇ ਉੱਤੇ ਹੀ ਗੱਲ ਜਿਹੜੀ ਹੈ ਉਹ ਹੋ ਸਕਦੀ ਕਿਉਂਕਿ ਲਾ ਐਂਡ ਆਰਡਰ ਹੀ ਖਿਸਕਿਆ ਹੋਇਆ ਇਹ ਕਿਹਾ ਜਾ ਰਿਹਾ ਕਿਉਂਕਿ ਕੱਲ ਨਾ ਮੈਂ ਮਨ ਮੈਂ ਲਦਾਸੀ ਸ਼ੀਬੀ ਕੇ ਅਰਵਿੰਦ ਕੇਜਰੀਵਾਲ ਦੀ ਕਿਉਂ ਨਹੀਂ ਗਿਆ ਰਿਹਾ ਕਿ ਇਹਦੇ ਉੱਤੇ ਬਿਆਨ ਕਿਉਂ ਨਹੀਂ ਆ ਰਿਹਾ ਕਿਉਂਕਿ ਸਤੂ ਮੁੱਸੇ ਵਾਲਾ ਦਾ ਕਤਲ ਹੁੰਦਾ ਜੀ ਉਹਨਾਂ ਨੇ ਕਿਹਾ ਕਹਿੰਦੇ ਵੀ ਦੇਖੋ ਜੋ ਹੋਇਆ ਮੰਦ ਭਾਗਾ ਅਸੀਂ ਪੂਰਾ ਜ਼ੋਰ ਲਾ ਰਹੇ ਹਾਂ ਹੱਲੇ ਪੰਜਾਬ ਦੇ ਵਿੱਚ ਸਰਕਾਰ ਨਵੀਂ ਆ ਵਾਕਈ ਨਵੀਂ ਆ ਸਰਕਾਰ ਗੰਗਨ ਕਿਉਂਕਿ ਸੌਖਾ ਨਹੀਂ ਹੁੰਦਾ ਹੈਗਾ ਤੁਸੀਂ ਜਦੋਂ ਇੱਕ ਟਿਕਾ ਕੇ ਗੰਗਨ ਜੀ ਬੈਠਦੇ ਹੋ ਤਾਂ ਮੈਨੂੰ ਲੱਗਦਾ ਹੈ ਫਿਰ ਉਸ 2-3 ਮਹੀਨੇ ਬੜੇ ਡੈਲੀਕੇਟ ਆ ਕਿਉਂਕਿ ਸਿਸਟਮ ਸਮਝਣਾ ਔਰ 92 ਵਿਧਾਇਕ ਨਵੇਂ ਹੋਣਾ ਜੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਔਰ ਫਿਰ ਜਦੋਂ ਤੁਹਾਡੇ ਉੱਤੇ ਪ੍ਰੈਸ਼ਰ ਹੋ ਜਵੇ ਲਗਾਤਾਰ ਵੱਡੇ ਤੋਂ ਵੱਡਾ ਕੇਸ ਆ ਜਵੇ ਪਹਿਲਾ ਸੰਦੀਪ ਨੰਗਲ ਅੰਭੀਆਂ ਹੋਇਆ ਜੀ ਫਿਰ ਇਹਨਾਂ ਦੇ ਆਪ ਦੇ ਹੀ ਜਿਹੜਾ ਨੈਸ਼ਨਲ ਉੱਥੇ ਏਜੰਸੀ ਦੇ ਉੱਤੇ ਹਮਲਾ ਹੋ ਜਾਂਦਾ ਫਿਰ ਉਸ ਤੋਂ ਬਾਅਦ ਹੁਣ ਇਹ ਵੱਡਾ ਕਤਲ ਹੋ ਜਾਣਾ ਮੂਗਾ ਦੇ ਵਿੱਚ ਹੋ ਜਾਣਾ ਬਸ ਲੁੱਟੀ ਜਾਣੀ ਗੈਂਗਸਟਰ ਜ਼ਿਆਦਾ ਹਾਂ ਜੀ ਇਦਾਂ ਦਾ ਗੈਂਗਸਟਰਾਂ ਦਾ ਜਿਹੜਾ ਖਦਸ਼ਾ ਲਗਾਤਾਰ ਹੋ ਜਾਣਾ ਸੰਦੀਪ ਨੰਗਲੰਬੀਆਂ ਤੋਂ ਕਾਂਗਰਸ ਸਰਕਾਰ ਤੋਂ ਤਾਂ ਉਹ ਚੱਲਦਾ ਸ਼ੁਰੂ ਹੋਇਆ ਉਸ ਤੋਂ ਬਾਅਦ ਵਿੱਚ ਜਿਉਂ ਸ਼ੁਰੂ ਹੋਇਆ ਹੁਣ ਤੱਕ ਰੁਕਣ ਦਾ ਨਾਮ ਨਹੀਂ ਲਿਆ ਰਿਹਾ ਸੋ ਕਿਤੇ ਨਾ ਕਿਤੇ ਇਹ ਜਿਹੜਾ ਹੈਗਾ ਸਾਡੇ ਪੰਜਾਬ ਵਾਸਤੇ ਬੜਾ ਮੰਦ ਭਾਗਾ ਸਮਾਂ ਹੈ ਵਾਕੇ ਪੰਜਾਬ ਦੇ ਲਈ ਮੰਦ ਭਾਗਾ ਸਮਾਂ ਹੈ ਹਾਲਾਂਕਿ ਮੈਂ ਨਾ ਅੱਜ ਜਿੱਤੇ ਕੀ ਸੀ ਗੱਲ ਜਦੋਂ ਮੈਂ ਖਬਰ ਦੇਖੀ ਸੀ ਕਿ ਸਿਮਰਨਜੀਤ ਕੁੜੀ ਹੈ ਉਹਨੇ ਪਾਈ ਇੱਕ ਪੋਸਟ ਪਾਈ ਹੈ ਸੋਸ਼ਲ ਮੀਡੀਆ ਦੇ ਉੱਤੇ ਗਗਨ ਜੀ ਜੀ ਉਹ ਕਹਿੰਦੀ ਆ ਕਿ ਲਾਰੈਂਸ ਬਿਸ਼ਨੋਈ ਨੇ ਕਹੇ ਦਿੱਤਾ ਕਿ ਅਸੀਂ ਗੋਲਡੀ ਬਰਾੜ ਦਾ ਜਿਹੜਾ ਸੀਗਾ ਉਹ ਨਾਂ ਲੈ ਕੇ ਵੀ ਇਹਨੇ ਇਹਨੇ ਜਿਹੜਾ ਕਤਲ ਕੀਤਾ ਆ ਹੈ ਨਾ ਨਾਲ ਹੀ ਉਹਨੇ ਕਹੇ ਦਿੱਤਾ ਕਿ ਅਸੀਂ ਵਿੱਕੀ ਮਿੰਡੂ ਖੇੜਾ ਦੇ ਕਤਲ ਦਾ ਬਦਲਾ ਲਿਆ ਆ ਮੇਰਾ ਇੱਕ ਸਿੰਗਰ ਭਰਾ ਵੀ ਆ ਲੋਕੀ ਕਹਿੰਦੇ ਕਿ ਮਨਨ ਮਨਕੀਰਤ ਤਲਖ ਨੂੰ ਭਰਾ ਗਿਆ ਆ ਜੀ ਹੁਣ ਮੈਂ ਤੁਹਾਨੂੰ ਦੱਸਦਾ ਆ ਲਾਰੈਂਸ ਬਿਸ਼ਨੋਈ ਜੰਮ ਦਾ ਗੁੰਡਾ ਨਹੀਂ ਸੀ ਬਣ ਗਿਆ ਹੂੰ ਤੇ ਉਹ ਕਿਤਨਾ ਕਿਤੇ ਉਹ ਕੁੜੀ ਦੀ ਇੱਕ ਪੋਸਟ ਦੇ ਵਿੱਚ ਇੱਕ ਸਚਾਈ ਜਿਹੜੀ ਮੈਨੂੰ ਲੱਗੀ ਆ ਉਹ ਕਹਿੰਦੀ ਆ ਕਿ ਵਾਕਈ ਜਦ ਹੁਣ ਵਿੱਕੀ ਮਿੱਡੂ ਖੇਡਾਂ ਦੀ ਗੱਲ ਕਰ ਲਈਏ ਆ ਲਾਰੈਂਸ ਬਿਸ਼ਨੋਈ ਦੀ ਕਰ ਲਈਏ ਵਿੱਕੀ ਗੌਂਦਰ ਦੀ ਕਰ ਲਈਏ ਇਹ ਮੁੰਡੇ ਪੜੇ ਲਿਖੇ ਯੂਨੀਵਰਸਿਟੀਆਂ ਤੋਂ ਨਿਕਲੇ ਮੁੰਡੇ ਨੇ ਜੀ ਹੁਣ ਲਾਰੈਂਸ ਬਿਸ਼ਨੋਈ ਵੀ ਇੱਕ ਚੰਗਾ ਪੜਿਆ ਲਿਖਿਆ ਮੁੰਡਾ ਸੀਗਾ ਔਰ 2011 ਦੀ ਗੱਲ ਕਰੀਏ ਤੇ ਬੜਾ ਵਧੀਆ ਗਰੁੱਪ ਦੇ ਨਾਲ ਸੀ ਇੱਕੋ ਹੀ ਪਾਰਟੀ ਦੇ ਵਿੱਚ ਸੀ ਲੀਡਰ ਪੁਣਾ ਕਰਦੇ ਸੀਗੇ ਫਿਰ ਹੌਲੀ ਹੌਲੀ ਸਾਰਿਆਂ ਦੇ ਰਾਹ ਅਲੱਗ ਹੋ ਗਏ ਰਹ ਲਗੋ ਤੇ ਜੇ ਮਨਕੀਰਤ ਉਹ ਬਨਪਰੀ ਮਨਕੀਰਤ ਉਹ ਲਖ ਵੀ ਉਸ ਟਾਈਮ ਉੱਥੇ ਹੀ ਸੀਗਾ ਦੇਖੋ ਮਨਕੀਰਤ ਉਹ ਲਖ ਦਾ ਜਿਹੜਾ ਹੈਗਾ ਇਹਨੂੰ ਆਪਾਂ ਪੈਰਲਲ ਰੱਖ ਲਈਏ ਪੈਰਲਲ ਰੱਖ ਲਈਏ ਕਿਉਂਕਿ ਇਹਨਾਂ ਨੇ ਜਦੋਂ ਨਾ ਸਟੇਜ ਲਈ ਸੀਗੀ ਜੇਲ੍ਹ ਦੇ ਵਿੱਚ ਤੇ ਜੇਲ੍ਹ ਦੇ ਵਿੱਚੋਂ ਨਿਕਲਦੇ ਜ਼ਾਰੀ ਸਟੇਜ ਲਾਉਣ ਤੋਂ ਬਾਅਦ ਵਿੱਚ ਇਹ ਕਿਹਾ ਸੀਗਾ ਬਿਆਨ ਦਿੱਤਾ ਸੀਗਾ ਆਪਣੇ ਫੇਸਬੁਕ ਉੱਤੇ ਪੋਸਟ ਉੱਤੇ ਲਿਖ ਕੇ ਇਹ ਰੱਖਿਆ ਸੀ ਵੀ ਇਹ ਜਿਹੜੇ ਮੇਰੇ ਭਰਾ ਹੈਗੇ ਕਿਸੇ ਤਰ੍ਹਾਂ ਦੇ ਨਾਲ ਰਿਹਾ ਹੋ ਜਾਣ ਤਾਂ ਮੇਰੇ ਨਾਲ ਉਸ ਤੋਂ ਵੱਧ ਖੁਸ਼ੀ ਹੋਰ ਕੋਈ ਨਹੀਂ ਹੋ ਸਕਦਾ ਮਤਲਬ ਉਹ ਗੈਂਗਸਟਰਸ ਉਸ ਵੇਲੇ ਸੀਗੇ ਉਹ ਦਾ ਪਤਾ ਪਰ ਪੜੇ ਇਕੱਠੇ ਆ ਨਾ ਇਹ ਜੀ ਜਦੋਂ ਕੋ ਹੁਣ ਤੁਹਾਡੇ ਨਾਲ ਦਾ ਤੁਹਾਨੂੰ ਪਤਾ ਹੁੰਦਾ ਵੀ ਗੈਂਗਸਟਰ ਕਿਵੇਂ ਬਣਿਆ ਕਿਹੜੇ ਹਾਲਾਤਾਂ ਚ ਬਣਿਆ ਸੌਫਟ ਕੋਰਨਰ ਰਹਿੰਦਾ ਮੈਂ ਨਹੀਂ ਕਹਿੰਦਾ ਕਿ ਨਹੀਂ ਰਹਿੰਦਾ ਪਰ ਉਹ ਕਹਿੰਦੀ ਹੈ ਕਿ ਪੰਜਾਬ ਨੂੰ ਮਿਰਜ਼ਾਪੁਰ ਨਾ ਬਣਾਓ ਔਰ ਪੰਜਾਬ ਦੇ ਲਈ ਅਸੀਂ ਖੈਰ ਖਵਾ ਮੰਗੀਏ ਜਿਹੜਾ ਵੀ ਚਾਹੇ ਕੋਈ ਵੀ ਆ ਚਾਹੇ ਉਹ ਮੰਕੀਰੇ ਤੋਲਕ ਦਾ ਆਪਾਂ ਕਹਿੰਦੇ ਹਾਂ ਕਿ ਜਦੋਂ ਇਨਵੈਸਟੀਗੇਸ਼ਨ ਹੋਵੇ ਖੁੱਲ ਕੇ ਸਾਹਮਣੇ ਆ ਜਾਵੇ ਚਾਹੇ ਮੰਕੀਰੇ ਤੋਲਕ ਹੋਵੇ ਚਾਹੇ ਉਹਦਾ ਮੈਨੇਜਰ ਹੋਵੇ ਚਾਹੇ ਜਿਹੜੇ ਸ਼ਾਪ ਸ਼ੂਟਰ ਨਿਕਲੇ ਨੇ ਜਾਂ ਫਿਰ 골ਡੀ ਬਰਾਡ ਹੋਵੇ ਜਾਂ ਫਿਰ ਲਾਰੈਂਸ ਬਿਸ਼ਨੋਈ ਹੋਵੇ ਇਹ ਸਾਰੇ ਖੁੱਲ ਕੇ ਪੱਤੇ ਖਿਲਰ ਕੇ ਸਾਹਮਣੇ ਆ ਜਾਣ ਇਦਾਂ ਦਾ ਪਾਣੀ ਦਾ ਪਾਣੀ ਇਨੀ ਟਰਾਂਸਪੇਰੈਂਸੀ ਦੇ ਨਾਲ ਕੰਮ ਹੋਣਾ ਚਾਹੀਦਾ ਇਹ ਆਸ ਕਰਦੇ ਹਾਂ ਅਸੀਂ ਪਰ ਕੀ ਹੁਣ ਆਪਾਂ ਜਾਂਦੇ ਜਾਂਦੇ ਸਮਾਂ ਤਾਂ ਥੋੜਾ ਹੀ ਰਹਿ ਗਿਆ ਸੋ ਆਪਾਂ ਇਹ ਇੱਕ ਜਿਹੜੀ ਹੈਗੀ ਆ ਉਹ ਗੱਲ ਜ਼ਰੂਰ ਆਪਾਂ ਜ਼ਿਕਰ ਕਰ ਦਈਏ ਵੀ ਕੀ ਜਿਹੜਾ ਸਾਡਾ ਯੂਥ ਹੈ ਜੋ ਸਾਡਾ ਨੌਜਵਾਨ ਹੈ ਆਮ ਤੌਰ ਤੇ ਜਦੋਂ ਅਸੀਂ ਵੱਡੇ ਵੱਡੇ ਗੈਂਗਸਟਰਸ ਦੇਖਦੇ ਉਹਨਾਂ ਦੇ ਨਾਮ ਲੈਣੇ ਆ ਉਹ ਉਹਨਾਂ ਨੂੰ ਆਪਣਾ ਆਈਡੀਅਲ ਮੰਨਣਾ ਸ਼ੁਰੂ ਹੋ ਜਾਂਦਾ ਸੋ ਇਸ ਕੀ ਤੁਹਾਨੂੰ ਲੱਗਦਾ ਹੈ ਪੰਜਾਬ ਵਾਸਤੇ ਖਤਰਾ ਹੈ ਅ ਅਸੀ ਤਾਂ ਇਨਕਲਾਬ ਜਿਹੜਾ ਹੈਗਾ ਉਹ ਲੈ ਕੇ ਆਉਣਾ ਭਗਤ ਸਿੰਘ ਦਾ ਅਸੀਂ ਇਨਕਲਾਬ ਕਰਤਾਰ ਸਿੰਘ ਸਰਾਭਾ ਸ਼ਹੀਦ ਉਧਮ ਸਿੰਘ ਦੀ ਗੱਲਾਂ ਕਰਦੇ ਆਂ ਪਰ ਹੁਣ ਦੂਸਰੇ ਪਾਸੇ ਜਿਹੜੇ ਗੈਂਗਸਟਰਸ ਹੈਗੇ ਉਹਨਾਂ ਨੂੰ ਹੀਰੋ ਬਣਾ ਕੇ ਸੋਸ਼ਲ ਮੀਡੀਆ ਉੱਤੇ ਜਦੋਂ ਸਾਡੇ ਜਿਹੜੇ ਨੌਜਵਾਨ ਨੇ ਉਹ ਪੇਸ਼ ਕਰਦੇ ਆ ਕਿ ਤਨ ਕਿਤੇ ਖਤਰਾ ਜੱਪਤ ਉਲਟੇ ਹੋਰ ਜ਼ਮਾਨੇ ਆਏ ਹੁਣ ਅਸਾਂ ਭੇਤ ਸੱਜਣਦੇ ਪਾਏ ਹਾਂ ਮਤਲਬ ਇਹ ਜ਼ਮਾਨਾ ਉਲਟਾ ਹੈ ਉਲਟਾ ਇੱਥੇ ਅਸੀਂ ਦੇਖਦੇ ਹਾਂ ਕਿ ਭਗਤ ਸਿੰਘ ਹੋਣਾ ਤੇ ਮੂਵੀ ਬਣਨੀ ਚਾਹੀਦੀ ਇੱਥੇ ਸ਼ੂਟਰ ਮੂਵੀ ਬਣਦੀ ਆ ਡਾਕੂਆਂ ਦਾ ਮੁੱਦਾ ਬਣਦੀ ਆ ਜੀ ਸੋਲ ਵਿੱਚ ਰੱਖਿਆ ਮੈਂ ਪੈਰ ਮੈਂ ਬਣ ਗਿਆ ਫਲਾਣਾ ਮੁੰਡਾ ਬੰਦਾ ਮੁੰਡਾ ਮਾਰਨਾ ਤਾਂ ਦੱਸ ਨਹੀਂ ਇਹ ਚੀਜ਼ਾਂ ਫਰਕ ਤਾਂ ਪਾਉਂਦੀਆਂ ਪਾਉਂਦੀਆਂ ਤੇ ਮੇਨਾਂ ਨੇ ਫਰਕ ਪਾ ਦਿੱਤਾ ਜੀ ਬੜੀਆਂ ਸਾਰੀਆਂ ਪ੍ਰਤੱਖ ਉਦਾਹਰਨਾਂ ਸਾਡੇ ਕੋਲੇ ਆ ਐਵੇਂ ਨਹੀਂ ਹੁੰਦਾ ਹੈਗਾ ਬਿਲਕੁਲ ਤੁਸੀਂ ਕਹਿੰਦੇ ਹੋ ਕਿ ਇਹਦਾ ਖਦਸ਼ਾ ਕੀ ਮੈਨੂੰ ਲੱਗਦਾ ਇਹਦਾ ਖਦਸ਼ਾ ਕੀ ਇਹਨੇ ਤਾਂ ਸਾਨੂੰ ਲੈ ਬੈਠਿਆ ਜੀ ਇਹ ਜਿਹੜੀ ਆ ਲਹਿਰ ਚੱਲਣ ਲਈ ਆ ਜਿਹੜੀ ਇਹ ਮੈਂ ਲਹਿਰ ਵੀ ਮੈਨੂੰ ਲੱਗਦਾ ਗਲਤ ਸ਼ਬਦ ਹੋਊਗਾ ਕਿਉਂਕਿ ਲਹਿਰ ਅਸੀਂ ਚੰਗੀ ਚੀਜ਼ ਨਹੀਂ ਕਹਿੰਦੇ ਲਹਿਰ ਚੰਗੀ ਚੀਜ਼ ਇਹ ਹੁੰਦੀ ਆ ਹਾਂ ਜੀ ਗੁੰਡਾਗਰਦੀ ਵਿੱਚ ਤੇ ਗਾਇਕੀ ਵਿੱਚ ਫਰਕ ਹੁੰਦਾ ਤੇ ਵਾਕਈ ਤੁਹਾਡਾ ਬੜਾ ਸੋਹਣਾ ਦਰਸ਼ਕ ਗੁੰਡਾਗਰਦੀ ਤੇ ਗਾਇਕੀ ਵਿੱਚ ਵੀ ਫਰਕ ਆ ਇਹ ਹੁਣ ਕਿਤੇ ਨਾ ਕਿਤੇ ਗੁੰਡਾਗਰਦੀ ਪ੍ਰਮੋਟ ਕਰਨ ਵਾਲੀ ਗਾਇਕੀ ਆ ਜੀ ਸੋ ਅਸੀਂ ਉਹਨਾਂ ਦੇ ਕੰਡੇ ਵਿਜਣਦੇ ਆ ਜਿਨ੍ਹਾਂ ਦੇ ਬਾਅਦ ਚ ਸਾਨੂੰ ਆਪ ਹੀ ਸ਼ਿਕਾਰ ਹੋਣਾ ਪੈ ਰਿਹਾ ਸੋ ਕਿਤੇ ਨ ਜਮਾਨੇ ਦੀ ਜਿਹੜੀ ਮੰਗ ਵਾ ਜਿਹੜੇ ਜਿਹੜੇ ਸਰਲ ਜਿਹੋ ਲੋਕ ਆ ਉਹ ਇਹ ਕਹਿੰਦੇ ਆ ਕਿ ਬਰਾਮ ਲਾ ਦੀਏ ਜੀ ਕਿਸਾਨੀ ਅੰਦੋਲਨ ਦੀ ਸਟੇਜ ਤੋਂ ਵੀ ਬੀਬੀਆਂ ਕਹਿੰਦੀਆਂ ਨਹੀਂ ਅਸੀਂ ਵੀ ਕਾਕਾ ਹੁਣ ਤਾਂ ਨਹੀਂ ਗਾਉਂਗਾ ਗਾਣੇ ਉਹ ਤਾਂ ਕਹਿੰਦਾ ਨਹੀਂ ਗਾਉਂਗਾ ਫਿਰ ਆ ਕੇ ਉਹੀ ਗਾਣੇ ਸੋ ਇਹ ਕਿਤੇ ਨਾ ਕਿਤੇ ਆ ਵੀ ਕਿ ਇਹਨੂੰ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਅੱਛਾ ਕਾਂਗਰਸ ਤਾਂ ਨਹੀਂ ਬੰਦ ਹੋ ਚੁੱਕਾ ਆਪਣਨ ਸਭ ਤੋਂ ਬਿਨਾਂ ਅੱਛਾ ਇਹ ਲੱਗ ਰਿਹਾ ਵੈਸੇ ਤੁਸੀਂ ਜਾਂਦੇ ਜਾਂਦੇ ਪੁੱਛ ਲਿਆ ਮੈਨੂੰ ਲੱਗਦਾ ਸੀ ਸਮਝ ਆ ਗਿਆ ਤੇ ਕਾਂਗਰਸ ਚ ਖਲਾਰਾ ਕਹਿੰਦੇ ਨੇ ਕਿ ਕਾਂਗਰਸ ਜਦੋਂ ਤੱਕ ਕੈਪਟਨ ਨੂੰ ਬਾਹਰ ਕੀਤਾ ਉਦੋਂ ਤੱਕ ਕਾਂਗਰਸ ਦਾ ਬਿਹਾਲ ਬਿਹਾਲ ਕੀਤਾ ਬਿਹਾਲ ਕਿ ਪਤਾ ਨਹੀਂ ਉਹਨਾਂ ਦੀ ਹਾਲ ਆ ਗਈ ਕਿਉਂਕਿ ਬੱਕਰਾ ਕੱਟਾ ਦੇ ਕੇ ਗਏ ਸੀਗੇ ਹਾਂਜੀ ਤੇ ਹੁਣ ਖਿੱਲੜੀ ਪਤਰੀ ਪਈ ਐ ਬਹੁਤ ਜ਼ਿਆਦਾ ਮਤਲਬ ਐਦਾਂ ਲੱਗਦਾ ਹੈ ਕਿ ਹੁਣ ਕੋਈ ਨੇਤ੍ਰਿਤਵ ਕਰਨ ਵਾਲਾ ਨਹੀਂ ਹੈਗਾ ਹਮਮ ਫਰਕ ਤਾਂ ਪਿਆ ਇਹਦੇ ਉੱਤੇ ਆਪਾਂ ਗੱਲ ਕਰਾਂਗੇ ਮੇਰੇ ਨਾਲ ਅਗਲੀ ਕੜੀ ਚ ਕਰ ਲਈਏ ਕਿਉਂਕਿ ਲੰਬੀ ਗੱਲ ਹੈ ਲੰਬੀ ਗੱਲ ਹਾਂਜੀ ਗੱਲਾਂ ਦੇ ਵਿੱਚੋਂ ਗੱਲਾਂ ਫਿਰ ਨਿਕਲ ਆਉਂਦੀਆਂ ਨੇ ਪਰ ਗੱਲ ਇਹ ਵਿਚਾਰਨ ਵਾਲੀ ਹੈਗੀ ਐ ਔਰ ਸਾਡੇ ਜਿਹੜੇ ਦਰਸ਼ਕ ਨੇ ਉਹ ਜ਼ਰੂਰ ਵਿਚਾਰਨਗੇ ਔਰ ਇਸੇ ਵਿਚਾਰ ਚਰਚਾ ਦੇ ਵਿੱਚ ਇਹ ਵੀ ਜ਼ਰੂਰ ਵਿਚਾਰੇਓ ਕਿ ਅਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਕਿਸ ਤਰੀਕੇ ਦੇ ਨਾਲ ਜਿਉਣਾ ਕਿਸ ਤਰੀਕੇ ਦੇ ਨਾਲ ਜਿਉਂਦਾ ਰੱਖਣਾ ਸੁਰਜੀਤ ਰੱਖਣਾ ਕਿਸ ਤਰੀਕੇ ਦੇ ਨਾਲ ਅਸੀਂ ਉਸ ਸੋਚ ਉੱਤੇ ਪਹਿਰਾ ਦੇਣਾ ਜਿਹੜੀ ਸੋਚ ਸ਼ਹੀਦ-ਏ-ਆਜ਼ਮ ਸਰਦਾਰ ਬਹਾਦਰ ਸਰਦਾਰ ਭਗਤ ਸਿੰਘ ਹੋਰਾਂ ਦੀ ਉਦਮ ਸਿੰਘ ਦੀ ਤੇ ਕਰਤਾਰ ਸਿੰਘ ਸਰਾਭੇ ਦੀ ਰਾਜਗੁਰੂ ਸੁਖਦੇਵ ਦੀ ਹੈ ਸੋ ਵਧੀਆ ਤਰੀਕੇ ਨਾਲ ਤੁਸੀਂ ਇਕੱਠੇ ਰਹੋ ਏਕਤਾ ਅਖੰਡਤਾ ਭਾਈਚਾਰਾ ਬਣਾ ਕੇ ਰੱਖੋ ਇਸ ਇਨਕੁਆਸ ਸੇ ਅਸੀਂ ਪੰਜਾਬ ਤੋਂ ਕਰ ਸਕਦੇ ਆ ਸੋ ਹੁਣ ਆਪਾਂ ਦੀ ਕੋਈ ਗੱਲ ਨਹੀਂ ਇੱਕ ਤਾਂ ਸਾਡੇ ਪਹਿਲਾਂ ਵੀ ਹੈ ਹੋਇਆ ਵੀ ਹੈਗੀ ਹੋਵੇਗੀ ਜੀ ਕਿਉਂਕਿ ਭਾਈਚਾਰਕ ਸੰਚਤ ਸ਼ੁਰੂ ਤੋਂ ਆ ਹਾਂਜੀ ਬਸ ਇਹ ਹੈ ਕਿ ਰੌਲਿਆਂ ਗੋਲਿਆਂ ਦੇ ਵਿੱਚ ਅਸੀਂ ਕਿਤੇ ਨਾ ਕਿਤੇ ਫਿਰ ਵੀ ਜਿੱਦਾਂ ਹੁਣ ਪਿੰਡਾਂ ਦੇ ਵਿੱਚ ਚਾਰ ਚਾਰ ਗੁਰਦੁਆਰੇ ਬਣਾਈ ਜਾਣੇ ਆ ਹਨਾ ਕਦੇ ਦੇਰਿਆਂ ਦਾ ਕਦੀ ਫਲਾਣੇ ਦਾ ਵਿਰੋਧ ਕਰੀ ਜਾਵੇ ਮੈਂ ਕਿਹਾ ਵੀ ਚਲੋ ਇਕੱਠੇ ਇੱਕ ਵਾਰੀ ਸੁਨੇਹਾ ਦੇ ਦੇ ਹੈਨਾ ਸੋ ਸਮਾ ਹੋ ਰਿਹਾ ਜੀ ਕਰੰਟ ਨਿਊਜ਼ ਐਂਡ ਵਿਊਜ਼ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨ ਦਾ ਸੋ ਮੈਨੂੰ ਤੇ ਮੇਰੇ ਨਾਲ ਖੈਰਾ ਸਾਹਿਬ ਨੂੰ ਦਿਓ ਇਜਾਜ਼ਤ ਬਹੁਤ ਬਹੁਤ ਸ਼ੁਕਰੀਆ ਚਲਿਏ ਜੀ ਹੁਣ ਆਪਾਂ ਚਲਿਏ ਜੀ ਸਤਿ ਸ੍ਰੀ ਅਕਾਲ